ਪ੍ਰਾਇਮੇਸ਼ਾ ਟੀਵੀ ਦੇਖ ਰਹੇ ਦਸਕਰਾ ਸਵਾਗਤ ਹੈ ਮੈਂ ਹਾਮਿਤ ਕੁਮਾਰ ਤਾਂ ਅੱਜ ਆਵਾਮੀ ਪਾਰਟੀ ਦੇ ਐਮ ਐਲ ਏ ਕੁਲਤਾਰ ਸੰਧਵਾ ਦੇ ਵੱਲੋਂ ਇੱਕ ਅਹਿਮ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਜਿਸ ਚ ਨਿਸ਼ਾਨੇ ਤੇ ਰਹਿੰਦੇ ਨੇ ਕੈਪਟਨ ਮਰਿੰਦਰ ਸਿੰਘ ਉਹਨਾਂ ਦਾ ਕਹਿਣਾ ਹੈ ਕਿ ਘਰ ਘਰ ਰੋਜ਼ਗਾਰ ਦਾ ਨਾਅਰਾ ਲੈ ਕੇ ਆਈ ਸੀ ਤੇ ਵਾਅਦਾ ਕਰਕੇ ਆਈ ਸੀ ਕੈਪਟਨ ਸਰਕਾਰ ਪਰ ਖੁਦ ਦੇ ਘਰ ਸਰਕਾਰੀ ਨੌਕਰੀਆਂ ਦੇ ਨਾਲ ਭਰੇ ਜਾਂਦੇ ਨੇ ਵਿਸਥਾਰ ਪੂਰਵਕ ਗੱਲਬਾਤ ਕਰਾਂਗੇ ਤੇ ਹੋਰ तमाम ਮੁੱਦਿਆਂ ਤੇ ਵੀ ਚਰਚਾ ਕਰਾਂਗੇ ਕੁਲਤਾਰ ਸੰਧਵਾ ਦਾ ਸਵਾਗਤ ਕਰ ਲੈਂਦੇ ਆ ਸੰਧਵਾ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਅੱਜ ਕਹਿ ਜੀ ਕਿ ਆਪਣੀਆਂ ਝੋਲੀਆਂ ਭਰੀ ਜਾਂਦੇ ਹੈਗੇ ਆ ਘਰ ਘਰ ਰੋਜ਼ਗਾਰ ਦਾ ਜਿਹੜਾ ਵਾਅਦਾ ਸੀ ਉਹ ਤਾਂ ਕਿਤੇ ਹੋਰ ਪਾਸੇ ਰੁੱਲ ਗਿਆ ਦੇਖੋ ਜੀ ਇਹ ਤਾਂ ਹੁਣ ਤੁਸੀਂ ਦੇਖੋ ਵੀ ਸਾਡੇ ਬੱਚੇ ਨਿਰਾਸ਼ ਹੋ ਕੇ ਆਪਦੇ ਮਾਂ ਬਾਪ ਨੂੰ ਰੋਂਦਿਆਂ ਕਰਾਉਂਦੇ ਛੱਡ ਕੇ ਬਾਹਰਲੇ ਦੇਸ਼ਾਂ ਦੇ ਵਿੱਚ ਜਾਣ ਲਈ ਮਜਬੂਰ ਸੀ ਆਪਣੀ ਜ਼ਾਇਦਾ ਤਾਂ ਵੇਚ ਕੇ ਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਸੌਂ ਖਾਦੀ ਵੀ ਮਤਲਬ ਮੈਨੂੰ ਸੌਂ ਚੱਕਣ ਦਿਓ ਤੇ ਘਰ ਘਰ ਨੌਕਰੀ ਦੇਵਾਂ ਕਹਿੰਦੇ ਸੀ ਨੀ ਕੈਪਟਨ ਨੇ ਸੌਂ ਚੱਕੀ ਤੇ ਘਰ ਘਰ ਨੌਕਰੀ ਪੱਕੀ ਤੇ ਜਿਹੜਾ ਬੰਦਾ ਸੌਂ ਖਾਂਦਾ ਪੰਜਾਬ ਦੇ ਲੋਕ ਉਹ ਤੇ ਵਿਸ਼ਵਾਸ ਕਰ ਲਏ ਇਹਨਾਂ ਨੇ ਪੰਜਾਬੀਆਂ ਦਾ ਦਿਲ ਤੋੜਤਾ ਵੀ ਤਰਸ ਤੁਸੀਂ ਤੈਨੂੰ ਗੁਰਲਾਲ ਤੇ ਤਰਸ ਨਹੀਂ ਆਇਆ ਇਹਨਾਂ ਨੂੰ ਜਿਹੜਾ ਟੈਂਕੀ ਤੇ ਜਿਹੜਾ ਬੈਠਾ ਇਹਨਾਂ ਦੇ ਘਰ ਦੇ ਸਾਹਮਣੇ ਪਟਿਆਲੇ ਇਹਨਾਂ ਨੂੰ ਉਹ ਉਹਨਾਂ ਫੌਜੀਆਂ ਦੇ ਤਰਸ ਨਹੀਂ ਆਇਆ ਧਰਮੀ ਫੌਜੀਆਂ ਤੇ ਜਿਹੜੇ ਬਾਦਲ ਦੇ ਕਿਹਾ ਉੱਥੋਂ ਛੱਡ ਕੇ ਆ ਗਏ ਸੀ ਜਿਹੜੇ ਬਾਰਡਰ ਤੇ ਫੌਜੀ ਸਾਡੇ ਸ਼ਹੀਦ ਹੋ ਗਏ ਉਹਨਾਂ ਦੇ ਬੱਚਿਆਂ ਦੇ ਤਰਸ ਨਹੀਂ ਆਇਆ ਉਹਨਾਂ ਨੂੰ ਕਿਸੇ ਨੂੰ ਨੌਕਰੀ ਨਹੀਂ ਦਿੱਤੀ ਇਹਨਾਂ ਨੇ ਜਿਹੜੇ ਬਸਾਂ 'ਚੋਂ ਕੱਢ-ਕੱਢ ਮਾਰੇ ਉਹਨਾਂ ਦੇ ਬੱਚਿਆਂ ਨੂੰ ਕਿਸੇ ਨੂੰ ਤਰਸ ਨੌਕਰੀ ਨਹੀਂ ਦਿੱਤੀ ਜਿਹਨਾਂ ਨੇ ਝੂਠੇ ਪੁਲਿਸ ਮੁਕਾਬਲੇ ਬਣਾਤੇ ਉਹਨਾਂ ਨੂੰ ਕਿਸੇ ਨੂੰ ਨੌਕਰੀ ਦਿੱਤੀ ਨਹੀਂ ਉਹਨਾਂ ਤੇ ਕਿਸੇ ਦਾ ਤਰਸ ਨਹੀਂ ਆਇਆ ਨਾ ਇਹਨਾਂ ਨੂੰ ਤਰਸ ਆਇਆ ਕਰੋੜਾਪਤੀ ਲੋਕਾਂ ਤੇ ਇੱਕ ਮੁੱਖ ਮੰਤਰੀ ਦੇ ਪੋਤੇ ਤੇ ਇੱਕ ਮੰਤਰੀ ਦੇ ਕਿਸੇ ਰਿਸ਼ਤੇਦਾਰ ਤੇ ਇੱਕ ਉਸ ਬੰਦੇ ਦੇ ਭਤੀਜੇ ਦੇ ਜਿਹੜਾ ਇਹਨਾਂ ਦੇ ਖਿਲਾਫ ਬੋਲਦਾ ਤੇ ਉਹਨੂੰ ਚੁੱਪ ਕਰਾਉਣਾ ਸੀ ਉਹਦੇ ਭਤੀਜੇ ਦੀ ਬਾਜੀ ਮੰ ਲੱਗਦਾ ਕਿ ਵੱਡਾ ਮੁੱਦਾ ਰਹਿਣ ਵਾਲਾ ਰੋਜ਼ਗਾਰ ਦਾ ਕਿਉਂਕਿ ਤੁਹਾਡੇ ਤੋਂ ਪਹਿਲਾਂ ਅਕਾਲੀ ਦਲ ਵੀ ਪ੍ਰੈਸ ਕਾਨਫਰੰਸ ਕਰ ਚੁੱਕਿਆ ਹੈ ਉਹ ਕਹਿੰਦੇ ਕਿ ਘਰ-ਘਰ ਨੌਕਰੀ ਦਾ ਵਾਅਦਾ ਕੀਤਾ ਸੀਗਾ ਪਰ ਖੁਦ ਦੇ ਘਰ ਜਿਹੜੇ ਭਰੇ ਜਾ ਰਹੇ ਨੇ ਵੱਡਾ ਮੁੱਦਾ ਰਹਿ ਰਹਿਗਾ ਰੋਜ਼ਗਾਰ ਦਾ ਇਸ ਲਈ ਕਾਲੀਦਾਰ ਜੀ ਕਿਹੜਾ ਕਾਲੀਦਾਰ ਬਾਦਲ ਜਲਦੀ ਗੱਲ ਕਰਦੇ ਤੁਸੀਂ ਅਕਾਲੀ ਜੇ ਹੁੰਦੇ ਤੇ ਪੰਜਾਬ ਦਾ ਇਹ ਹਾਲ ਹੀ ਨਹੀਂ ਹੋਣਾ ਸੀ ਜੇ ਅਕਾਲੀ ਹੁੰਦੇ ਨਾ ਤੇ ਪੰਜਾਬ ਦਾ ਹਾਲ ਨਹੀਂ ਹੋਣਾ ਸੀ ਬਿਲਕੁਲ ਰੋਜ਼ਗਾਰ ਦਾ ਮੁੱਦਾ ਬਹੁਤ ਵੱਡਾ ਮੁੱਦਾ ਹੈ ਬਹੁਤ ਛੋੜੇ ਦੀ ਗਿਣਤੀ ਦੇ ਵਿੱਚ ਅਧਿਆਪਕ ਵੀ ਬੈਠੇ ਨੇ ਜੀ ਮਤਲਬ ਕਿ ਪਿਛਲੇ 18 ਸਾਲਾਂ ਤੋਂ ਉਹ ਉੱਥੇ ਵਿਚਾਰੇ ਆਪਣੇ ਮੰਗਾ ਕਰ ਰਹੇ ਨੇ ਲਾਰੇ ਤੇ ਵਾਦੇ ਸਮੇਂ-ਸਮੇਂ ਤੇ ਕੀਤੇ ਗਏ ਨੇ ਜਿਕਰ ਤੁਹਾਡੀ ਸਰਕਾਰ ਬਣਦੀ ਹੈ ਕਿਉਂਕਿ ਅਨਮੋਲ ਗਰਮਨ ਇਹ ਵਾਦਾ ਵੀ ਕਰ ਚੁੱਕਣਗੇ ਪਹਿਲੇ ਕੈਬਨਿਟ ਦੇ ਵਿੱਚ ਇਹਨਾਂ ਦਾ ਜਿਹੜਾ ਨੌਕਰੀ ਵਾਲਾ ਸਿਸਟਮ ਹੈ ਉਹ ਪੂਰਾ ਕੀਤਾ ਜਾਵੇ ਦੇਖੋ ਜੀ ਅਰਵਿੰਦ ਕੇਜਰੀਵਾਲ ਜੀ ਦੇਸ਼ ਦੇ ਇੱਕ ਵਾਹਿਦ ਪੋਲੀਟੀਸ਼ੀਅਨ ਆ ਜਿੰਨਾ ਦੇ ਨਾਂ ਦੇ ਨਾਲ ਜਿੰਨਾ ਦੇ ਕਿਰਦਾਰ ਦੇ ਨਾਲ ਇਮਾਨਦਾਰੀ ਵੀ ਲੱਗੀ ਆ ਲੋਕ ਉਹਨਾਂ ਤੇ ਵਿਸ਼ਵਾਸ ਕਰਦੇ ਆ ਉਹ ਕਿਉਂ ਵਿਸ਼ਵਾਸ ਕਰਦੇ ਕਿਉਂਕਿ ਦਿੱਲੀ 'ਚ ਉਹਨਾਂ ਨੇ ਆਪਦੇ ਜਿੰਨੇ ਵਾਦੇ ਸੀ ਪੂਰੇ ਕੀਤੇ ਔਰ ਉਹਨਾਂ ਨੇ ਹੌਸਲਾ ਕੀਤਾ ਪਿਛਲੇ ਇਲੈਕਸ਼ਨ ਦੇ ਵਿੱਚ ਇਹ ਕਹਿਣ ਦੇ ਵੀ ਜੇ ਮੈਂ ਜੇ ਮੈਂ ਕੰਮ ਕੀਤੇ ਆ ਤਾਂ ਮੈਨੂੰ ਵੋਟ ਪਾਇਓ ਤੇ ਲੋਕਾਂ ਨੇ ਸਾਰੀਆਂ ਹੀ ਵੋਟਾਂ ਪਾਤੀਆਂ ਦੇਖੋ 17 'ਚ 62 ਸੀਟਾਂ ਦਾ ਕੋਲੇ ਸੋ ਬੜੀ ਵੱਟੀ ਗੱਲ ਆ ਸੋ ਜਿਹੜੇ ਅਸੀਂ ਵਾਦੇ ਕਰਾਂਗੇ ਜੀ ਬਿਲਕੁਲ ਪੂਰੇ ਹੋਣਗੇ ਔਰ ਕੋਸ਼ਿਸ਼ ਇਹ ਕਰਾਂਗੇ ਵੀ ਜਿਹੜਾ ਇਲੈਕਸ਼ਨ ਬੈਨੀਫੈਸਟ ਆ ਉਹਨੂੰ ਲੀਗਲ ਡਾਕੂਮੈਂਟ ਆਫ ਨਾ ਆ ਜਾਵੇ ਤੁਸੀਂ ਕਰਾਂਗੇ ਇਹ ਦੇ ਲਈ ਕੁਝ ਨਾ ਕੁਝ ਕਰਾਂਗੇ ਬਿਲਕੁਲ ਨੂੰ ਲੱਗਦਾ ਸਨਮਾ ਸਾਹਿਬ ਪੰਜਾਬ ਦੇ ਲੋਕਾਂ ਦਾ ਪੋਲਿਟਿਕਲ ਕਲਾਸ ਤੇ ਇਸ ਵਿਸ਼ਵਾਸ ਰਿਹਾ ਕਿਉਂਕਿ ਵਾਦੇ ਪਹਿਲਾਂ ਵੀ ਦੋਵਾਂ ਸਰਕਾਰਾਂ ਨੇ ਕੀਤੇ ਸੀ ਹੁਣ ਤੁਸੀਂ ਵੀ ਆ ਕੇ ਕਹਿ ਰਹੇ ਹੋ ਕਿ ਅਸੀਂ ਨੌਕਰੀ ਦਵਾਂਗੇ ਅਸੀਂ ਵਾਅਦੇ ਕਰਾਂਗੇ ਉਹਨਾਂ ਵਿਸ਼ਵਾਸ ਲੋਕਾਂ ਦੇ ਵਿੱਚ ਹੈ ਬਿਲਕੁਲ ਹੈਗਾ ਇਸੇ ਕਰਕੇ ਸਾਨੂੰ ਲੋਕ ਵੋਟ ਪਾਉਣਗੇ ਨਾ ਜੀ ਉਹਨਾਂ ਨੇ ਪਤਾ ਲੱਗ ਗਿਆ ਬਾਦਲ ਕੈਪਟਨ ਦੇ ਤੇ ਕਾਂਗਰਸ ਤੇ ਬਾਦਲ ਕੇ ਇੱਕੋ ਜਿਹੇ ਆ ਤੇ ਦਿੱਲੀ ਦੇ ਵਿੱਚ ਅਸੀਂ ਜਿੱਥੇ ਸਾਡੀ ਸਰਕਾਰ ਆ ਅਸੀਂ ਉੱਥੇ ਵਾਦੇ ਪੂਰੇ ਕੀਤੇ ਆ ਤੇ ਜਿਹੜਾ ਬੰਦਾ ਲਾਹੌਰ ਤੇ ਪਿਸ਼ਾਉਰ ਵਾਲੀ ਗੱਲ ਵੀ ਹੁੰਦੀ ਹੈ ਨਾ ਜੀ ਤੇ ਜਿਨੇ ਇੱਕ ਥਾਂ ਸੱਚ ਬੋਲਿਆ ਤੇ ਜਿਨੇ ਇੱਕ ਥਾਂ ਵਾਦੇ ਪੂਰੇ ਕੀਤੇ ਆ ਤੇ ਉਹ ਪੰਜਾਬ ਚ ਕਿਉਂ ਨਾ ਕਰੂਗਾ ਜੀ ਪੰਜਾਬ ਤਾਂ ਵੱਡੀ ਸਟੇਟ ਆ ਵੱਧ ਇੱਥੇ ਰਿਸੋਰਸਸ ਨੇ ਤੇ ਜਿਹੜੀ ਇਹ ਕਹਿੰਦੇ ਨਾ ਖਜ਼ਾਨਾ ਖਾਲੀ ਖਜ਼ਾਨਾ ਖਾਲੀ ਖਜ਼ਾਨਾ ਜੋਕਾਂ ਹੀ ਲੱਗੀਆਂ ਖਜ਼ਾਨੇ ਨੂੰ ਥੱਲੇ ਮੂਰੀ ਇਹਨਾਂ ਨੇ ਕੱਢੀ ਆ ਵਿੱਚ ਕੁਝ ਪੈਣ ਹੀ ਨਹੀਂ ਦਿੰਦੇ ਸਾਰਾ ਇਹਨਾਂ ਦੇ ਘਰਾਂ 'ਚ ਜਾਂਦਾ ਤੁਸੀਂ ਦੇਖੋ ਵੀ ਸੁਖਬੀਰ ਸਿੰਘ ਬਾਦਲ ਨੇ ਮਹਿਲ ਬਣਾਇਆ ਇੱਥੇ ਉਹ ਬਣਾਇਆ 10 ਸਾਲਾਂ ਚ ਤੇ ਕੈਪਟਨ ਅਮਰਿੰਦਰ ਸਿੰਘ ਨੂੰ 30 ਸਾਲਾਂ ਚ ਬਣਾ ਕੇ ਦੇਤਾ ਉਹ ਜਾ ਇਹਨਾਂ ਦੇ ਮਹਿਲ ਬਣ ਗਏ ਤੇ ਜਿਹੜਾ ਖਜ਼ਾਨਾ ਖਾਲੀ ਸੀ ਇਹਨਾਂ ਦੇ ਮਹਿਲ ਕਿੱਥੋਂ ਬਣ ਗਏ ਵੀ ਇਹਨਾਂ ਦੀ ਟਰਾਂਸਪੋਰਟਾਂ ਕਿੱਥੋਂ ਬਣ ਗਈਆਂ ਇਹਨਾਂ ਦੀ ਸ਼ਰਾਬ ਦੀਆਂ ਫੈਕਟਰੀਆਂ ਕਿਵੇਂ ਚੱਲ ਰਹੀਆਂ ਹਾਂ ਸਕੋਦੀ ਆਪਣੇ ਹੱਕ ਤੇ ਥਾਪੜੀ ਮਾਰ ਕੇ ਕਹਿੰਦੇ ਕਹਿੰਦੇ ਕਿ ਜੇ ਅਸੀਂ ਇੰਨਾ ਕੁਝ ਬਣਾਇਆ ਤਾਂ ਸਾਰਾ ਸਾਹਮਣੇ ਬਣਾਇਆ ਕਿਨੇ ਜੇ ਕੁਝ ਹੈਗਾ ਦੋ ਨੰਬਰ ਤਾਂ ਕਹਿੰਦਾ ਸਾਨੂੰ ਫੜ ਕੇ ਅੰਦਰ ਕਰਕੇ ਦਿਖਾਓ ਉਹ ਪਤਾ ਵੀ ਤੇ ਸੈਟਿੰਗ ਹੈ ਜਦੋਂ ਸੈਟਿੰਗ ਹੈ ਨਹੀਂ ਸੀ ਉਦੋਂ ਦਾ ਦੱਖਣੀ ਅਫਰੀਕਾ 'ਚ ਜ਼ਮੀਨਾਂ ਭਾੜ ਦੇ ਫਿਰ ਰਹੀ ਜਦੋਂ 17 ਵਾਲੀ ਆਪਣੇ 12 ਵਾਲੀ ਸਰਕਾਰ ਬਣੀ ਇਹਨਾਂ ਦੀ ਸੈਟਿੰਗ ਉਹੀ 75 25 ਵਾਲੀ ਗੱਲ ਜੋ ਸਿੱਧੂ ਸਾਹਬ ਕਰਾ ਹਾਂ ਉਹਦੋਂ ਜਦੋਂ ਸੈਟਿੰਗ ਹੈ ਨਹੀਂ ਸੀ ਉਹ ਦਖਣੀ ਫਰੀਕਾ ਭਜਣ ਦੀ ਤਿਆਰੀ ਸੀ ਇਹਨਾਂ ਦੀ ਤੇ ਸਿੱਧੂ ਦੀ ਗੱਲ ਸਹੀ ਆ 75 25 ਵਾਲੀ ਗੱਲ ਤਾਂ ਹੈਗੀ ਆ ਹੁਣ ਸਾਰੇ ਰੇਤੇ ਵਾਲੇ ਕਰਦੇ ਆ ਰਲ ਮਿਲ ਕੇ ਕਰਦੇ ਸਾਰਾ ਕੋ ਸ਼ਰਾਬ ਦਾ ਕੰਮ ਇਹਨਾਂ ਦਾ ਰਲ ਮਿਲ ਕੇ ਆ ਕੇਵਲ ਮਾਫੀਆ ਇਹਨਾਂ ਦਾ ਰਲ ਮਿਲ ਕੇ ਆ ਮਤਲਬ ਸਾਰੇ ਮਾਫੀਆ ਇਹਨਾਂ ਦੇ ਰਲ ਮਿਲ ਕੇ ਆ ਸਨਮਾ ਸਾਹਿਬ ਪਿਛਲੀ ਵਾਰ 2017 ਦੀ ਚੋਣਾਂ ਦੇ ਵਿੱਚ ਇੱਕ ਹਵਾ ਤੁਹਾਨੂੰ ਲੈ ਕੇ ਆਮ ਆਦਮੀ ਪਾਰਟੀ ਨੂੰ ਲੈ ਕੇ ਬੜੀ ਬਣੀ ਹੋਈ ਸੀ ਲੱਗਦਾ ਹੈ ਕਿ ਇਸ ਵਾਰ 2022 ਦੀਆਂ ਚੋਣਾਂ ਨੇੜੇ ਆ ਰਹੀਆਂ ਨੇ ਪਰ ਜੋ ਮਾਹੌਲ ਹੈ ਹਾਲੇ ਤੱਕ ਬਣਨਾ ਸਟਾਰਟ ਨਹੀਂ ਹੋਇਆਗਾ ਆਮ ਆਦਮੀ ਪਾਰਟੀ ਲੈ ਕੇ ਹਾਲਾਂਕਿ ਤੁਸੀਂ ਦਾਅਵੇ ਕਰ ਰਹੇ ਹੋ ਕਿ ਸਰਕਾਰ ਤੁਹਾਡੀ ਹੀ ਬਣੂਗੀ ਦੇਖੋ ਜੀ ਅਸੀਂ ਉਦੋਂ ਵੀ ਦਾਅਵੇ ਕਰਦੇ ਸੀ ਅਸੀਂ ਹੁਣ ਵੀ ਦਾਅਵੇ ਕਰਦੇ ਹਾਂ ਪਰ ਉਦੋਂ ਤੇ ਹੁਣ 'ਚ ਫਰਕ ਇਹ ਵੀ ਜੋ ਮੱਝ ਜਾ ਕੇ ਪੁੱਛੇ ਸੀ ਵੀ ਵੋਟ ਕੀ ਨਹੀਂ ਪਾਏਗਾ ਕੋਈ ਕੋਈ ਕਹਿੰਦਾ ਅਸੀਂ ਕੈਪਟਨ ਨੂੰ ਪਾਵਾਂਗੇ ਕੋਈ ਕਹਿੰਦਾ ਕਿਸੇ ਨੂੰ ਪਾਵਾਂਗੇ ਤੇ ਆਮ ਆਦਮੀ ਪਾਰਟੀ ਦਾ ਮੱਝ ਵਾਲੇ ਨਾਲ ਹੀ ਨਹੀਂ ਜਾਣ ਕਰੋ ਕਰ 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 ਅਰਵਿੰਦ ਕੇਜੀਵਾਲ ਦੇ ਕੰਮ ਵੜ ਗਏ ਆ ਤੁਸੀਂ ਕਹਿ ਰਹੇ ਹੋ ਕਿ ਕੱਲੋਂ ਅੰਮ੍ਰਿਤ ਸਰ ਆਣਗੇ ਤੇ ਇੱਕ ਫੇਰੀ ਦੇ ਨਾਲ ਮਾਝੇ ਦੇ ਵਿੱਚ ਵੀ ਜ਼ੋਨ ਸਟਰੋਂਗ ਹੋ ਜਾਊਗਾ ਆਮ ਆਦਮੀ ਪਾਰਟੀ ਦਾ ਨਾ ਨਾ ਉਹਦੇ ਨਾਲ ਤਾਂ ਉਹ ਤਾਂ ਗੁਰੂ ਦੀ ਕਿਰਪਾ ਨਾਲ ਹੋਣਾ ਸਾਰਾ ਕੁਝ ਉਹ ਤਾਂ ਗੁਰੂ ਤੋਂ ਅਸ਼ੀਰਵਾਦ ਲੈਣਾ ਤੇ ਗੁਰੂ ਦੇ ਚਰਨਾਂ 'ਚ ਅਰਦਾਸ ਕਰਨ ਵਾਸਤੇ ਆ ਰਹੇ ਆ ਜਿਹੜਾ ਸਟਰੋਂਗ ਉਹ ਤਾਂ ਹੋ ਚੁੱਕਿਆ ਉਹ ਇਸ ਕਰਕੇ ਹੋ ਚੁੱਕਿਆ ਕਿਉਂਕਿ ਕੰਮ ਕਰਕੇ ਦਿਖਾਇਆ ਇੱਕੋ ਇੱਕ ਤਾਂ ਮੁੱਖ ਮੰਤਰੀ ਹੈ ਜਿਹੜਾ ਕਿਸਾਨਾਂ ਦੇ ਨਾਲ ਖੜਿਆ ਇੱਕੋ ਇੱਕ ਮੁੱਖ ਮੰਤਰੀ ਜੀ ਨੇ ਖੁੱਲ ਕੇ ਕਿਸਾਨਾਂ ਦੇ ਹੱਕ ਦੇ ਵਿੱਚ ਨਾਹਰਾ ਮਾਰਿਆ ਜਿਹੜੀਆਂ ਉਹ ਜਿਲ੍ਹਾ ਨਹੀਂ ਬਣ ਦਿੱਤੇ ਸਟੇਡੀਅਮ ਤੇ ਆਪਦੀਆਂ ਪਾਵਰਾਂ ਤੱਕ ਉਹਨੂੰ ਕੁਰਬਾਨ ਕਰਨੀਆਂ ਪਈਆਂ ਤੇ ਇੱਕੋ ਇੱਕ ਮੁੱਖ ਮੰਤਰੀ ਆ ਜੀ ਨੂੰ ਇਹ ਕ੍ਰੈਡਿਟ ਜਾਂਦਾ ਵੀ ਉਹਨੇ ਜਿੰਨੇ ਵਾਦੇ ਲੋਕਾਂ ਨਾਲ ਕੀਤੇ ਸੀ ਵੋਟਾਂ ਲੈਣ ਤੋਂ ਪਹਿਲਾਂ ਉਹ ਬੈਠਦੇ ਸਾਰ ਪੂਰੀ ਕੀਤੇ ਇਹ ਤਾਂ ਖੀਚ ਕਰਦੇ ਨਾ ਇਹ ਤਾਂ ਟੋਕਨੀਜ਼ਮ ਕਰਦੇ ਆ ਸੋ ਅਰਵਿੰਦ ਕੇਜਰੀਵਾਲ ਨੂੰ ਕੰਮ ਕਰਨ ਵਾਲਾ ਮੁੱਖ ਮੰਤਰੀ ਸਮਝਦਾ ਪੰਜਾਬ ਦੇ ਵਿੱਚ ਕੰਮ ਕਰਨ ਵਾਲੇ ਦੀ ਬਹੁਤ ਜ਼ਿਆਦਾ ਕਦਰ ਆ ਕੁਰਬਾਨੀ ਦੀ ਬਹੁਤ ਜ਼ਿਆਦਾ ਕਦਰ ਆ ਸੱਚ ਦੀ ਬਹੁਤ ਕਦਰ ਕਦਰ ਆ ਇਹ ਪੰਜਾਬ ਦੇ ਵਿੱਚ ਆ ਸਮਝਾ ਸਾਹਿਬ ਤੁਸੀਂ ਕਹਿੰਨੇ ਹੋ ਕਿ ਕਿਸਾਨਾਂ ਦੇ ਨਾਲ ਡੱਟ ਕੇ ਖੜੇ ਰਹਿ ਅਰਵਿੰਦ ਕੇਜਰੀਵਾਲ ਪਰ ਲੋਕਾਂ ਨੇ ਸਿਲਾ ਲੱਗਦਾ ਵਾਪਸ ਮੋੜਿਆ ਨਹੀਂ ਕਿਉਂਕਿ ਜਿਹੜੀਆਂ ਨਗਰ ਨਿਗਮ ਦੇ ਚੋਣਾਂ ਹੋਈਆਂ ਸਨ ਉਹਦੇ ਵਿੱਚ ਆਵਾਮ ਦੀ ਪਾਰਟੀ ਦਾ ਬੁਰਾ ਹਾਲ ਰਿਹਾ ਜੀ ਦੇਖੋ ਜੀ ਇਹ ਜਿਹੜੀਆਂ ਚੋਣਾਂ ਹੁੰਦੀਆਂ ਨੇ ਇਹ ਤਾਂ ਸਰਕਾਰਾਂ ਦੀਆਂ ਹੁੰਦੀਆਂ ਉਦੋਂ ਜਦੋਂ ਬਾਦਲ ਕੇ ਵੇਲੇ ਉਦੋਂ ਕਾਂਗਰਸ ਬੁਰਾ ਹਾਲ ਸੀ ਸੋ ਇਹ ਤਾਂ ਸਰਕਾਰਾਂ ਦੀਆਂ ਇਲੈਕਸ਼ਨਾਂ ਹੁੰਦੀਆਂ ਉਹਨਾਂ ਲੈਕਨਾਂ ਨਾ ਵਿਧਾਨ ਸਭਾ ਲੈਕਨਾਂ ਨੂੰ ਨਹੀਂ ਬਾਈ ਦੇ ਵਿੱਚ ਫੇਰ ਇਲੈਕਸ਼ਨ ਹੋਣਗੇ ਬਿਲਕੁਲ ਹੋਣਗੇ ਜੀ ਬਿਲਕੁਲ ਫੇਰ ਫੇਰ ਨਹੀਂ ਹੁੰਦਾ ਲੋਕ ਇੰਟਰਸਟ ਕਰਦੇ ਲੈਂਦੇ ਆ ਜਿਹੜਾ ਲੋਕੰਟਰਸ ਲੈਦੇ ਉਹ ਗਲਮਤ ਆਮ ਆਦੀ ਪਾਰਟੀ ਨੇ ਮੰਨਿਆ ਸੀਗਾ ਜੀ 2017 ਦੇ ਇਲੈਕਸ਼ਨ ਤੋਂ ਬਾਅਦ ਕਿ ਅਸੀਂ ਦੇਰੀ ਕਰ ਦਿੱਤੀ ਸੀਐਮ ਫੇਸ ਨੂੰ ਅਨਾਉਂਸ ਕਰਨ ਦੇ ਲਈ ਇਸ ਵਾਰ ਤੁਸੀਂ ਪਾਰਟੀ ਮੀਟਿੰਗਾਂ ਬੈਠ ਰਹੀਆਂ ਹੋਣਗੀਆਂ ਜੀ ਕੀ ਲੱਗਦਾ ਹੈ ਕਿ ਇੱਕ ਦਲਿਤ ਸੀਐਮ ਦੀ ਵੀ ਇੱਕ ਪਾਸੇ ਜਿਹੜੀ ਪੋਲੀਟੀਕਲ ਜਮਾਤ ਦੇ ਵਿੱਚ ਇੱਕ ਹੋਰ ਛੜੀ ਹੋਈ ਹੈਗੀ ਆ ਆਮ ਆਦਮੀ ਪਾਰਟੀ ਦਾ ਵੀ ਜਿਹੜਾ ਸੀਐਮ ਫੇਸ ਹੋਊਗਾ ਦਲਿਤ ਚਿਹਰਾ ਹੋਏਗਾ ਜਾਂ ਫਿਰ ਕੁਝ ਹੋਰ ਸੋਚੀ ਬੈਠੀ ਹੈ ਪਾਰਟੀ ਜਾਂ ਮੰਨਦੇ ਦੇਖੋ ਜੀ ਅਸੀਂ ਤਾਂ ਹਰੇਕ ਬੰਦੇ ਨੂੰ ਨੁਮਾਇੰਦਗੀ ਦੇਣੀ ਹੈ ਔਰ ਹਰੇਕ ਉਸ ਬੰਦੇ ਨਾਲ ਖੜਨਾ ਹੈ ਜਿਹੜਾ ਦਸਾਂ ਉਹਨਾਂ ਦੀ ਕਿਰਤ ਕਰਦਾ ਭਾਵੇਂ ਉਹ ਅਮੀਰ ਹੈ ਗਰੀਬ ਹੈ ਕਿਸੇ ਵੀ ਲੇਕਿਨ ਆਮ ਆਦਮੀ ਨੂੰ ਹੀ ਦਿੱਤੀ ਜਾਏਗੀ ਬਿਲਕੁਲ ਆਮ ਆਦਮੀ ਆਮ ਆਦਮੀ ਦਾ ਮਤਲਬ ਉਹ ਸੱਚਾਈ ਦਸਾਂ ਉਹਦੀ ਕਿਰਤ ਕਰਨ ਵਾਲਾ ਜਿਹਨੂੰ ਕੰਮ ਕਰਦੇ ਨੂੰ ਪਸੀਨਾ ਆਉਂਦਾ ਉਹਨੂੰ ਦਿੱਤੀ ਹੋ ਸਕਦਾ ਤੈਨੂੰ ਵੀ ਦੇਦੀ ਹੈ ਗੱਲ ਤਾਂ ਕੰਮ ਕਰਨ ਦੀ ਗੱਲ ਹੈ ਠੀਕ ਹੈ ਜਿਹੜਾ ਲੋਕਾਂ ਲਈ ਦਰਦ ਰੱਖਦਾ ਹੋਏਗਾ ਔਰ ਪੰਜਾਬ ਦਾ ਹੀ ਸੀਐਮ ਹਾ ਪਿਛਲੀ ਵਾਰ ਸਾਡੇ ਕੋਲ ਸਚੇਰੇ ਸੀਗੇ ਲੇਕਨ ਅਨਾਉਂਸ ਨਹੀਂ ਕੀਤੇ ਇਸ ਵਾਰ ਵੀ ਸਚੇਰੇ ਹੈਗੇ ਨੇ ਤੇ ਅਨਾਉਂਸ ਸਮਾਂ ਆਉਣ ਤੇ ਕਰ ਦਿਆਂਗੇ ਕੱਲ ਨੂੰ ਹੋ ਸਕਦਾ ਅਨਾਉਂਸ ਕਿਉਂਕਿ ਅਰਵਿੰਦ ਕੇਜਰੀਵਾਲ ਵੀ ਆ ਰਹੇ ਨੇ ਬਹੁਤ ਵੱਡੀ ਫੇਰੀ ਮੰਨੇ ਜਾ ਰਹੀ ਹੈ ਇੱਕ ਸਿਆਸੀ ਫੇਰ ਬਦਲ ਧਮਾਕਾ ਕਿਹਾ ਜਾ ਰਿਹਾ ਹੈਗਾ ਸਿਆਸੀ ਗੱਲਿਆ ਰਾਂ ਚ ਇਹ ਚਰਚਾ ਚੜੀ ਹੋਈ ਹੈਗਾ ਰਵਿੰਦ ਕੇਜਰੀਵਾਲ ਦਾ ਅੰਮ੍ਰਿਤਸਰ ਦੇ ਵਿੱਚ ਆਉਣਾ ਜਿੱਥੇ ਦੂਜੇ ਪਾਸੇ ਪੂਰੀ ਪੰਜਾਬ ਦੀ ਸਿਆਸਤ ਚ ਤਰਥੱਲੀ ਮੱਚੀ ਹੋਈ ਹੈ ਦੇਖੋ ਜੀ ਇੱਕ ਇਮਾਨਦਾਰ ਪੋਲਿਟਿਸ਼ੀਅਨ ਇਮਾਨਦਾਰ ਪੋਲਿਟਿਸ਼ੀਅਨ ਹੋਣਾ ਬਹੁਤ ਵੱਡੀ ਗੱਲ ਆ ਉਹ ਅਰਵਿੰਦ ਕੇਜ ਮੇਰੀ ਬੀਬੀ ਜਿਹੜੀ ਸਾਡੀ ਸੀਟ ਆ ਅ ਸ਼੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਸ਼੍ਰੀ ਹਰਮੰਦਰ ਸਾਹਿਬ ਉੱਥੇ ਅਰਦਾਸ ਕਰਨ ਲਈ ਆ ਰਹੇ ਆ ਸ਼੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਨ ਲਈ ਆ ਰਹੇ ਆ ਕਿ 2022 ਦੀਆਂ elections ਦੇ ਵਿੱਚ ਸੱਚੇ ਪਾਸ਼ਾ ਮੇਰ ਕਰੇ ਔਰ ਪੰਜਾਬ ਨੂੰ ਬਚਾਉਣ ਦੇ ਸਹੀ ਕਾਬਿਲ ਹੋਈਏ ਇਹ ਅਰਦਾਸ ਕਰਨ ਵਾਸਤੇ ਆ ਰਹੇ ਆ ਔਰ ਅਰਦਾਸ ਇਹ ਗੁਰੂ ਨੇ ਸੁਣ ਲਈ ਬਿਲਕੁਲ ਤਵਾਕਾ ਬਹੁਤ ਵੱਡੀ ਗੱਲ ਆ ਜੀ ਅਸੀਂ ਫੇਸ ਅਨਾਉਂਸ ਕਰਨਗੇ ਜੀ ਡਿਸਕਸ਼ਨਸ ਹੋਣਗੀਆਂ 2022 ਦੀ ਤਿਆਰੀ ਤਾਂ ਕਰਨੀ ਕਰਨੀ ਹੈ ਜੀ ਉਹਦੇ ਬਾਅਦ ਜਦੋਂ ਵੀ ਅਸੀਂ ਮਿਲਦੇ ਹਾਂ ਸੀਐਮ ਸਾਹਿਬ ਨੂੰ ਕੱਲ ਨੂੰ ਵੀ ਮਿਲਾਂਗੇ ਜਦੋਂ ਵੀ ਮਿਲਦੇ ਹਾਂ 2022 ਦੀ ਤਿਆਰੀ ਦੀਆਂ ਗੱਲਾਂ ਹੁੰਦੀਆਂ ਪਰ ਮੈਂ ਤਾਂ ਉਹਨਾਂ ਨੂੰ ਇਹ ਕਹਿੰਨ ਨੂੰ ਵੀ ਆਪਾਂ ਤਾਂ ਲੱਗੇ ਪਏ ਆ ਹੁਣ ਪੰਜਾਬ ਦੇ ਲੋਕ ਵੀ ਲੱਗੇ ਆ ਜੀ ਹੁਣ ਫਰਕ ਪਾਉ ਹੋਗਾ ਜੀ ਜ਼ਮੀਨੀ ਹਾਲਾਤ ਤੁਹਾਨੂੰ ਦਿਖਦੇ ਨੇ ਬਿਲਕੁਲ ਦਿਖਦੇ ਆ ਜੀ ਲੋਕ ਸਮਝ ਗਏ ਨਾ ਲੋਕਾਂ ਨੂੰ ਪਤਾ ਲੱਗ ਗਿਆ ਤਾਂ ਇਕੱਠੇ ਇਕ ਦੂਜੇ ਨੂੰ ਬਚਾਉਂਦੇ ਆ ਜੀ ਆਹ ਕੁੰਮਰਵਿਜੇ ਪ੍ਰਤਾਪ ਵਾਲੀ ਜਿਹੜੀ ਸੱਟ ਹੈ ਉਹਦਾ ਜਲੂਸ ਕਿਵੇਂ ਕੱਢਿਆ ਇਹਨਾਂ ਨੇ ਉਹਦੇ ਵਿਚਾਰੇ ਨੇ ਮਤਲਬ ਮੱਥੇ ਤੇ ਕਲੰਕ ਲਾਉਣ ਦੀ ਕੋਸ਼ਿਸ਼ ਕੀਤੀ ਸਾਰਾ ਗੈਰ ਕਾਨੂੰਨੀ ਤਰੀਕੇ ਦੇ ਨਾਲ ਮਤਲਬ ਉਹਨੇ ਡਿਫੈਂਡ ਹੀ ਨਹੀਂ ਕੀਤਾ ਪ੍ਰੋਪਰਲੀ ਸਰਕਾਰ ਨੇ ਸਰਕਾਰ ਡਿਫੈਂਡ ਕਰਦੀ ਤਾਂ ਕਹਾਣੀ ਕੋਈ ਹੋਰ ਹੋਣੀ ਸੀ ਸੋ ਇਹ ਲੋਕਾਂ ਨੂੰ ਪਤਾ ਲੱਗ ਗਿਆ ਆਮ ਲੋਕਾਂ ਨੂੰ ਜੀ ਸੰਧਾ ਸਾਹਿਬ ਇਹਦੇ ਨਾਲ ਹੀ ਤੁਸੀਂ ਕੁੰਮਰਵਿਜੇ ਪ੍ਰਤਾਪ ਦੀ ਗੱਲ ਕੀਤੀ ਹੈ ਚਰਚਾ ਇਹ ਵੀ ਨਾਲ ਛਿੜ ਗਈ ਅਮ੍ਰਿਤਸ ਕਿ ਕੋਰਵੇਜ ਪ੍ਰਤਾਪ ਨੂੰ ਕੱਲ ਪਾਰਟੀ ਦੇ ਵਿੱਚ ਸ਼ਾਮਿਲ ਕੀਤਾ ਜਾ ਸਕਦਾ। ਦੇਖੋ ਇਹ ਦੁਪਹਿਰ ਤੋਂ ਬਾਅਦ ਪਤਾ ਲੱਗ ਜੂਗਾ ਜੀ ਕਿੱਡੀ ਗੱਲ ਹੈ। ਕਿਤਾ ਜਾ ਸਕਦਾ ਕਿਉਂਕਿ ਤੁਸੀਂ ਵੀ ਉੱਥੇ ਪਹੁੰਚੋਗੇ ਕੋਈ ਪਹਿਲਾਂ ਤਾਂ ਚਰਚਾ ਤਾਂ ਹੁੰਦੀ ਹੈ ਪਾਰਟੀ ਦੇ ਵਿੱਚ। ਮੇਰੀ ਕੋਈ ਚਰਚਾ ਨਹੀਂ। ਆਪਾਂ ਗੱਲ ਕੀਤੀ ਮੇਰੀ ਕੋਈ ਜੱਤਿਆ ਨਹੀਂ ਹੋਈ। ਸੀਨੀਅਰ ਅਗੂ ਮਜੀ ਆਪਣੀ ਪਾਰਟੀ ਦੇ ਉਹਨਾਂ ਨੇ ਕਿ ਕੀਤਾ ਜਾ ਸਕਦਾ ਕੱਲੋਂ ਜੀ ਕੋਮਰਵੇਜ ਪ੍ਰਤਾਪ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ। ਦੇਖੋ ਪਿਆਰੇ ਵੀਰ ਮੱਥਾ ਟੇਕਣਾ ਅਰਦਾਸ ਕਰਨੀ ਹੈ। ਅਰਦਾਸ ਤੋਂ ਬਾਅਦ ਸੱਚੀ ਬਾਸ਼ਾ ਕੀਤਾ ਕੀ ਕਿਰਪਾ ਕਰਦੇ। ਆ ਜਾ ਨਾ। ਇਹ ਤੇ ਬਰਮੈਨਿਕ ਸੀ ਕਰਦਾ ਹਾਂ ਤੁਹਾਨੂੰ ਮੱਥਾ ਟੇਕਣ ਤੋਂ ਬਾਅਦ ਬੋਲੇ ਕਿ ਹੋ ਸਕਦੇ ਨੇ ਕਿਉਂਕਿ ਤੇ ਇੱਕ ਚਿਹਰੇ ਤੇ ਮੁਸਕਰਾਹਟ ਵੀ ਆ ਤੁਹਾਡੇ ਤੇ ਉਹ ਤਾਂ ਗੁਰੂ ਦੀ ਕਿਰਪਾ ਹੈ ਯਾਰ ਉਹਦੇ ਕਰਕੇ ਹੀ ਹੁੰਦਾ ਸਭ ਕੁਝ ਸਭ ਕੋਈ ਗੁਰੂ ਦੀ ਕਿਰਪਾ ਕਰਕੇ ਆ ਮੈਨ ਆ ਹੀ ਹੋ ਨਾ ਹੀ ਕਿਛ ਆ ਹੀ ਨਾ ਮੋਰਾ ਉਥਰ ਲੱਦਾ ਰੱਖ ਲਿਓ ਸਦਾ ਨਾ ਜੰਤੋਰਾ ਤੇ ਤਾਂ ਉਹਦੀ ਕਿਰਪਾ ਨਾਲ ਹੀ ਹੋ ਗਈ ਸਮਨ ਸਾਹਿਬ ਇੱਕ ਅਮਨ ਅਰੋੜਾ ਨੂੰ ਲੈ ਕੇ ਵੀ ਇੱਕ ਚਰਚਾ ਛਿੜੀ ਹੋਈ ਹੈ ਜੀ ਕਿ ਉਹ ਅੱਜਕੱਲ ਦਿਖ ਨਹੀਂ ਰਹੇਗੇ ਕਿੱਥੇ ਨੇ ਸਿਆਸਤ ਦੇ ਵਿੱਚ ਵੀ ਹੈ ਨਹੀਂਗੇ ਤੇ ਇੱਕ ਕਾਫੀ ਦਿਨ ਪਹਿਲਾਂ ਇੱਕ ਪੋਸਟਰ ਵੀ ਉਹਨਾਂ ਨਾਲ ਲੈ ਕੇ ਵਾਇਰਲ ਹੋ ਰਿਹਾ ਸੀਗਾ ਕਿ ਆਉਣ ਵਾਲਾ ਚਿਹਰਾ ਸੀਐਮ ਦਾ ਆਮ ਆਦਮੀ ਪਾਰਟੀ ਲਈ ਅਮਨ ਅਰੋੜਾ ਹੋਵੇਗਾ ਹਾਲਾਂਕਿ ਉਹਦਾ ਖੰਡਨ ਕੀਤਾ ਗਿਆ ਪਰ ਅਮਨ ਅਰੋੜਾ ਕਿਤੇ ਗਾਇਬ ਨੇ ਜੀ ਕਿੱਥੇ ਨੇ ਉਹਨਾਂ ਜੀ ਅਮਰੀਕਾ ਗਏ ਸੀ ਤੇ ਆ ਗਏ ਹੋ ਮੈਨੂੰ ਪਰਸੋਂ ਇਹਨਾਂ ਦਾ ਫੋਨ ਆਇਆ ਸੀ ਤੇ ਅੱਜ ਚੱਕੀਆਂ ਦੇ ਫੱਟੇ ਕਿਰਿਆਵਾ ਕੈਪਟਨ ਉਹਨਾਂ ਨੇ ਹਾਂ ਉਹ ਕਹਿੰਦਾ ਵੀ ਤੈਨੂੰ ਕੱਲੇ ਮੰਤਰੀਆਂ ਦੇ ਜਵਾਕ ਹੀ ਦੇਖਦੇ ਨੌਕਰੀਆਂ ਦੇਣ ਵਾਸਤੇ ਗਰੀਬ ਦਾ ਕਿਸੇ ਦਾ ਬੱਚਾ ਨਹੀਂ ਦੱਸਿਆ ਤਾਂ ਘੇਰੀ ਬਿਠੇ ਅੱਜ ਅੱਛਾ ਕੱਲ ਉਹ ਕਹਿੰਦਾ ਕਿ ਜੇਕਰ ਸਾਡੀ ਸਰਕਾਰ ਬਣੀ 2022 ਦੇ ਵਿੱਚ ਤਾਂ ਜਿਹੜੇ ਮੰਤਰੀਆਂ ਦੇ ਵਿਧਾਇਕਾਂ ਨੇ ਜਵਾਕਾਂ ਨੂੰ ਨੌਕਰੀਆਂ ਦਿੱਤੀਆਂ ਹੋਈਆਂ ਕਹਿੰਦੇ ਅਸੀਂ ਇਹਨਾਂ ਦੇ ਪਰਚਾ ਵੀ ਕਰਾਂਗੇ ਤੇ ਇਹਨਾਂ ਨੂੰ ਨੌਕਰੀਆਂ ਤੋਂ ਹਟਾਵਾਂਗੇ ਵੀ ਉਹ ਇਹ ਤਾਂ ਜਿਵੇਂ ਬਾਦਲ ਨੇ ਵਧੀਵੇਂ ਕੈਪਟਨ ਨੇ ਫੜ ਕੇ ਇਹਨਾਂ ਨੂੰ ਅੰਦਰ ਦਿੱਤਾ ਉਵੇਂ ਹੀ ਕਰ ਦੇਣਗੇ ਇਹ ਤਾਂ ਨਾਲੇ ਵੇ ਆ ਨਾਲੇ ਕਾਲੀ ਨਹੀਂ ਉਹ ਬਾਦਲ ਗਿਆ ਉਹ ਬਾਦਲ ਗਿਆ ਕਾਲੀ ਨਹੀਂ ਹੈ ਹਾਲਾਂਕਿ ਕੈਪਟਨ ਸਾਹਿਬ ਕਹਿੰਦਾ ਕਿ ਇਹ ਬਸ ਚਰਚਾ ਹੀ ਹੈ ਕਹਿੰਦੇ ਕਿ ਉਹਨਾਂ ਨੇ ਮੇਰੇ ਖਿਲਾਫ ਲੁਧਿਆਣੇ ਵਿੱਚ ਪੁਰਾਣੇ ਕੇਸ ਖੋਲੇ ਸੀਗੇ ਕਹਿੰਦੇ ਉਹ ਮੇਰੀ ਉਹਨਾਂ ਨਾਲ ਸਾਂਝ ਕਿਵੇਂ ਹੋ ਗਈ ਤੁਸੀਂ ਕਿਵੇਂ ਕਹਿ ਸਕਦੇ ਹੋ ਉਹਨਾਂ ਨੂੰ ਪੁੱਛ ਲੈਣਾ ਬੰਦਗੀ ਨਹੀਂ ਕੀਤੀ ਸੀ ਕੈਪਟਨ ਸਾਹਿਬ ਮਾਨਦਾ ਸੀ ਤਾਂ ਵਾਸਤੇ ਹੋ ਗਿਆ ਬੰਦ ਉਹ ਲੇਖਨ ਤੇ ਜਾਣ ਤੋਂ ਪਹਿਲਾਂ ਹੀ ਉਹਨੇ ਸੀ ਬੰਦ ਤੇ ਜਿਹੜਾ ਉਹ ਆਪਣਾ ਪੋਸ਼ਾਕ ਵਾਲਾ ਕੇਸ ਸੀ ਬਠਿੰਡੇ ਉਹ ਕਿ ਨਹੀਂ ਬੰਦ ਕੀਤਾ ਸੀ ਇਹ ਸਾਰੀਆਂ ਇਹ ਲੋਕ ਹੁਣ ਸਮਝਦੇ ਹੁਣ ਇਹਨਾਂ ਨੂੰ ਭੁਲੇਖਾ ਆਇਆ ਵੀ ਲੋਕਾਂ ਨੂੰ ਪਤਾ ਨਹੀਂ ਲੱਗਦਾ ਉਹ ਤੁਹਾਡੀ ਕਿਰਪਾ ਨਾਲ ਹੁਣ ਲੋਕ ਸਮਝ ਜਾਂਦੇ ਤੁਸੀਂ ਦੱਸ ਦਿੰਦੇ ਸਾਰਾ ਕੁਝ ਨਹੀਂ ਤਾਂ ਪਹਿਲਾਂ মিডিਆ ਇਹਨਾਂ ਦਾ ਸੀ ਉਹ ਜਿਵੇਂ ਕਹਿੰਦੇ ਫੂਕ ਮਾਰਦੇ ਉਹ ਵਾਜਿੰਗ ਵਾਜੇ ਪੈਂਦੇ ਲੋਕ ਹੁਣ ਵਾਜੇ ਨਹੀਂ ਹੈ ਲੋਕ ਸਿਆਣੇ ਨੇ ਸਨਮਾ ਸਾਹਿਬ ਤੁਹਾਡੇ ਹਲਕੇ ਦੇ ਵਿੱਚ ਕੀ ਮਾਹੌਲ ਹੈ ਜੇ ਲੋਕਾਂ ਦੇ ਲਈ ਤੁਸੀਂ ਕਿਵੇਂ ਕੰਮ ਕਰ ਰਹੇ ਹੋ ਤੇ ਆਉਣ ਵਾਲੀ 2022 ਦੇ ਲਈ ਪੂਰਾ ਗਰਾਊਂਡ ਤੁਸੀਂ ਤਿਆਰ ਕਰ ਰਹੇ ਹੋ ਦੇਖੋ ਜੀ ਆਪਾਂ ਤਾਂ ਸੇਵਾਦਾਰ ਕੋਟਪੁਰੇ ਦੇ ਲੋਕਾਂ ਨੇ ਸੇਵਾ ਬਖਸ਼ੀ ਹੈ ਸੂਬਾ ਸੱਚੇ ਪਾਸ਼ਾ ਚਰਨਾਂ ਚ ਰਾਤ ਖਰੀਦੇ ਸੱਚਾ ਪਾਸ਼ਾ ਸੇਵਾ ਕਰਾਈ ਆਪਦੀ ਮੱਤ ਦੇ ਨਾਲ ਚਲਾਈ ਮੇਰੀ ਮੱਤ ਤਾਂ ਬਹੁਤ ਥੋੜੀ ਆ ਸਤਿヤਪਾਸ਼ਾ ਆਪਦੀ ਮੱਤ ਨਾਲ ਚਲਾਈ ਔਰ ਮੇਰੇ ਕਿਸੇ ਵੀ ਸਾਥੀ ਦਾ ਮੇਰੇ ਕਿਸੇ ਕੰਮ ਕਰਕੇ ਸਿਰ ਨੀਵਾ ਨਾ ਹੋਵੇ ਤੇ ਸੂਬਾ ਨਿਕਲ ਜਾਈਦਾ ਸ਼ਾਮ ਨੂੰ ਕਰੇ ਬੜੀ ਦਾ ਪੈਣਾ ਭਰਾਵਾਂ ਦੇ ਦੁੱਖ ਤਕਲੀਫਾਂ ਦੇ ਜਿੱਥੇ ਜਾਈਦਾ ਉਥੇ ਜਾ ਕੇ ਫਾਨੇ ਨੂੰ ਹਟ ਜਾਈਦਾ ਠੀਕ ਹੈ ਜੀ ਤੇ ਬਾਕੀ ਜਿਹੜੀ 2022 ਦੀ ਤਿਆਰੀ ਉਹ ਤਾਂ ਕੋਟਕੂਰੇ ਵਾਲੇ ਆਪ ਕਰ ਰਹੇ ਆ ਕਹਿੰਦੇ ਆ ਕੇ ਕੁਲਤਾਸਨ ਉਹ ਜਿਹੜੇ ਬੜੇ ਗੁੱਸੇ ਵਾਲੇ ਨੇ ਜਿੱਥੇ ਉਹ ਇਹਨਾਂ ਨੂੰ ਲੱਗਦਾ ਕਿ ਕੋਈ ਬਾਹਰੋਂ ਬੰਦਾ ਆ ਰਿਹਾ ਵਿਰੋਧੀ ਧਰਦਾ ਜਾਂ ਫਿਰ ਲੱਗਦਾ ਹੈ ਕਿ ਕੋਈ ਮਾੜੀ ਚੀਜ਼ ਹੋ ਰਹੀ ਹੈ ਕਹਿੰਦੇ ਆਪਣੇ ਵਰਕਰ ਲੈ ਕੇ ਚਲੇ ਜਾਂਦੇ ਨੇ ਤੇ ਉੱਥੇ ਹੱਲਾ ਬੋਲ ਕਹਿੰਦੇ ਕਿ ਐਮਐਲਏ ਧਰਨੇ ਚ ਕਹੋਂਦਾ ਏ ਧਰਨੇ ਲਾ ਕੇ ਬਹਿ ਜਾਂਦੇ ਨੇ ਦੇਖੋ ਜੀ ਗੱਲ ਇਹ ਆ ਵੀ ਜਿੱਥੇ ਤਾਂ ਟੱਕਾ ਹੋਊਗਾ ਉੱਥੇ ਮੈਂ ਹੱਥ ਵੀ ਜੋੜੂੰਗਾ ਤੇ ਜੇ ਬਹੁਤ ਜ਼ਿਆਦਾ ਟੱਕਾ ਆਊਗਾ ਉਹ ਨਾ ਮੰਨਣਗੇ ਫੇਰ ਵੀ ਤੇ ਫਿਰ ਹੱਥ ਜੜਾਉਂਗਾ ਵੀ ਲੋਕਾਂ ਨੇ ਮੈਨ ਵਿਧਾਨ ਸਭਾ 'ਚ ਜਾ ਕੇ ਉੱਥੇ ਠੰਡਾ ਚਾਹ ਪੀਣ ਆ ਤੇ ਸਮੋਸੇ ਖਾਣ ਆ ਤੇ ਨਹੀਂ ਬਣਾਇਆ ਲੋਕਾਂ ਨੇ ਆਪਦੇ ਹੱਕਾਂ ਦੀ ਗੱਲ ਕਰਨ ਆ ਤੇ ਬਣਾਇਆ ਮੈਂ ਕਰੂੰਗਾ ਤਾਂ 2022 ਦੀਆਂ ਚੋਣਾਂ ਨਜ਼ਦੀਕ ਆ ਚੁੱਕੀਆਂ ਨੇ ਸਾਰੀਆਂ ਪੋਲਿਟਿਕਲ ਪਾਰਟੀਆਂ ਆਪਣਾ ਪੂਰਾ ਜ਼ੋਰ ਲਗਾ ਰਹੀਆਂ ਨੇ ਕਿ ਅਸੀਂ ਪੰਜਾਬ ਦੇ ਲੋਕਾਂ ਦਾ ਦਿਲ ਜਿੱਤ ਲਈਏ ਤਾਂ ਅੱਜ ਅਸੀਂ ਗੱਲ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਯੂਥ ਗੁਰਿੰਦਰ ਸਿੰਘ ਗੈਰੀਵਿੰਗ ਦੇ ਨਾਲ ਕਰਾਂਗੇ ਹਲਕਾ ਮਲੋ ਤੋਂ ਸਰਗਰਮੀਆਂ ਬੜੀ ਤੇਜ਼ ਕਰ ਦਿੱਤੀਆਂ ਨੇ 2014 ਤੋਂ ਪਹਿਲਾਂ ਪਾਰਟੀ ਦੇ ਨਾਲ ਜੁੜੇ ਸੀ ਪਾਰਟੀ ਦੇ ਸੂਬਾ ਸੰਗਠਨ ਦੇ ਇੰਚਾਰਜ ਵੀ ਰਹੇ ਨੇ ਪੰਜਾਬ ਦੇ ਮਾਮਲਿਆਂ ਦੇ ਉਸ ਤੋਂ ਇਲਾਵਾ ਚੋਣ ਮੈਨੀਫੈਸਟੋ ਦੇ ਵਿੱਚ ਵੀ ਇਹਨਾਂ ਦਾ ਨਾਮ ਰਿਹਾ ਹੈ ਪੰਜਾਬ ਦੀ ਕੋਰ ਕਮੇਟੀ ਦੀ ਜਦੋਂ ਮੀਟਿੰਗ ਹੁੰਦੀ ਹੈ ਉਹਦੇ ਵਿੱਚ ਵੀ ਸ਼ਾਮਲ ਰਹੇ ਨੇ ਤਾਂ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਦੀਆਂ ਸਾਰੀਆਂ ਸਰਗਰਮੀਆਂ ਇਨਚਾਰਜ ਕਿਹਨਾਂ ਨੂੰ ਸ਼ਾਮਲ ਕਰਨਾ ਹੈ ਕਿਵੇਂ ਪਾਰਟੀ ਅੱਗੇ ਤੁਰੇਗੀ ਸਾਰੀਆਂ ਸਰਗਰਮੀਆਂ ਦੇਖਦੇ ਰਹੇ ਨੇ ਇਹਨਾਂ ਨਾਲ ਗੱਲਬਾਤ ਕਰ ਲੈਣੇ ਆ ਕਿ ਕਿਵੇਂ ਪਰਦੇ ਤੋਂ ਪਿੱਛੇ ਰਹਿ ਕੇ ਕੰਮ ਕੀਤਾ ਤੇ ਅੱਜ ਪਰਦੇ ਦੇ ਅੱਗੇ ਆਉਣ ਦੀ ਕੀ ਜ਼ਰੂਰਤ ਪੈਗੀ ਸੋ ਗੈਰੀ ਜੀ ਬਹੁਤ-ਬਹੁਤ ਸਵਾਗਤ ਪ੍ਰਾਈਮੇਅਰ ਸ਼ਾ ਟੀਵੀ ਦੇ ਉੱਤੇ ਨੰਦਪ੍ਰੀਤ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਪ੍ਰਾਈਮੇਅਰਸ਼ੀਆ ਦੇ ਸਾਰੇ ਸਰੋਤਿਆਂ ਨੂੰ ਮੇ ਜਦੋਂ ਇੱਕ ਵਿਦਿਆਰਥੀ ਆਉਂਦਾ ਤੇ ਅੰਨਾ ਹਜਾਰੇ ਦੀ ਮੂਵਮੈਂਟ ਦੇ ਵੀ ਨਾਲ ਜੁੜ ਜਾਂਦਾ ਫਿਲਮ ਦੇ ਪਿੱਛੇ ਪਰਦੇ ਦੇ ਪਿੱਛੇ ਆਪਾਂ ਬਹੁਤ ਸੱਜਣ ਸੁਣੇ ਨੇ ਕੰਮ ਕਰਦੇ ਨੇ ਕਿੰਨੇ ਸਾਲ ਤੋਂ ਕੰਮ ਕਰ ਰਹੇ ਸੀ 8-9 ਸਾਲ ਹੋ ਗਏ ਤੁਹਾਨੂੰ ਫਿਰ ਹੁਣ ਕਿਉਂ ਲੱਗਿਆ ਕਿ ਚਿਹਰੇ ਤੇ ਆਗੇ ਅੱਗੇ ਆ ਕੇ ਪਰਦੇ ਤੇ ਇੱਕ ਹੀਰੋ ਦੇ ਵਾਂਗੂ ਆਇਆ ਜਾਵੇ ਕੰਮ ਕੀਤਾ ਜਾਵੇ ਮੈਨੂੰ 7 ਸਾਲ ਹੋ ਗਏ ਜੀ ਆਵਾ ਦੀ ਪਾਰਟੀ ਦੇ ਨਾਲ ਮੈਂ 2014 ਚ ਜੁੜਿਆ ਸੀਗਾ ਜਦੋਂ ਅੰਨਾ ਹਜਾਰੇ ਮੂਵਮੈਂਟ ਵਗੈਰਾ ਚੱਲਦੀ ਸੀ ਉਦੋਂ ਪਹਿਲਾਂ ਮੈਂ ਹైదరాబాద్ ਜੌਬ ਕਰਦਾ ਸੀ ਫਿਰ ਇੰਗਲੈਂਡ ਆਕਸਫੋਰਡ ਯੂਨੀਵਰਸਿਟੀ ਚ ਲੱਗਿਆ ਤੇ ਉੱਥੇ ਜੌਬ ਕਰ ਪਾਰਟੀ ਦੇ ਵਿੱਚ ਮੈਂ ਕੋਈ ਲੀਡਰ ਜਾਂ ਕੋਈ ਸਿਆਸੀ ਅੰਬੀਸ਼ਨ ਲੈ ਕੇ ਨਹੀਂ ਆਇਆ ਸੀ ਜਾਂ ਲੀਡਰ ਬਣਨ ਵਾਸਤੇ ਨਹੀਂ ਆਇਆ ਸੀ ਮੈਂ ਤਾਂ ਸਿਰਫ ਇਹ ਸੋਚ ਲੈ ਕੇ ਆਇਆ ਸੀਗਾ ਕਿ ਅਰਵਿੰਦ ਕੇਜਰੀਵਾਲ ਜੀ ਵਰਗਾ ਇਨਸਾਨ ਜਿਹੜਾ ਕਰਾੜਾ ਕਰਾੜੀ ਦੋਨੋਂ ਇਨਕਮ ਟੈਕਸ ਕਮਿਸ਼ਨਰ ਨੇ ਉਹ ਆਪਣਾ ਕਰੀਅਰ ਛੱਡ ਕੇ ਭਲੇ ਲਈ ਲੱਗੇ ਹੋਏ ਨੇ ਤਾਂ ਮੈਂ ਵੀ ਕੰਟ੍ਰਿਬਿਊਟ ਕਿਉਂ ਨਾ ਕਰਾਂ ਸ਼ੁਰੂਆਤੀ ਦੌਰ ਚ ਤਾਂ ਪਾਰਟ ਟਾਈਮ ਹੀ ਕੰਮ ਕਰ ਰਿਹਾ ਸੀ ਨਾਲ ਆਪਣਾ ਜੌਬ ਵੀ ਕਰਦਾ ਸੀ ਤੇ ਪਾਰਟੀ ਦਾ ਵੀ ਥੋੜਾ ਬਹੁਤ ਕੰਮ ਦੇਖਦਾ ਰਹਿੰਦਾ ਸੀ ਫੇਰ ਸੋਚਿਆ ਡਿਗਰੀ ਐਡਿਟ ਬੱਡੀ ਸੀ ਕਿ ਸੋਚਿਆ ਕਿ ਇੰਸ਼ੋਰੈਂਸ ਪਾਲਿਸੀ ਦਾ ਹੈਗੀ ਕੋਈ ਸਾਲ ਲਾ ਕੇ ਦੇਖ ਲਈ ਜਾਂ ਪਾਰਟੀ ਲਈ ਕੰਮ ਕਰਦਾ ਗਿਆ ਚਲ ਸੋ ਚਲ ਕਿਵੇਂ ਇਸ ਸਟੇਜ ਤੇ ਆ ਗਿਆ ਮੈਨੂੰ ਆਪ ਨੂੰ ਨਹੀਂ ਪਤਾ ਚੱਲਿਆ ਜਰਨੀ ਦੇ ਵਿੱਚ ਤਾਂ ਹੁਣ ਕਿਉਂ ਲੱਗਿਆ ਕਿ ਪਾਰਟੀ ਨੂੰ ਲੱਗਿਆ ਪਹਿਲਾਂ ਤੁਹਾਡੇ ਤੋਂ ਪਿੱਛੇ ਕੰਮ ਬਹੁਤ ਕਰਵਾਇਆ ਸੇ ਸਾਰੀਆਂ ਤੁਸੀਂ ਦੇਖਦੇ ਸੀ ਗਤੀਵਿਧੀਆਂ ਪਾਰਟੀ ਦੀਆਂ ਹੁਣ ਕਿਉਂ ਲੱਗਿਆ ਪਾਰਟੀ ਨੂੰ ਕਿ ਅੱਗੇ ਆਓ ਕੰਮ ਕਰੋ ਹਲਕੇ ਦੇ ਵਿੱਚ ਜਾਓ ਹਮ ਲੋਗ ਹਲਕਾ ਤੁਹਾਨੂੰ ਕਹਿ ਦਿੱਤਾ ਵੀ ਹਲਕਾ ਮਲੋ ਦੇ ਵਿੱਚ ਕੀ ਸਰਗਰਮੀਆਂ ਤੁਸੀਂ ਵੀ ਤੇਜ਼ ਕਰ ਦਿੱਤੀਆਂ ਕਿਉਂ ਲੱਗਿਆ ਕਿ ਇਸ ਵਾਰੀ ਅੱਗੇ ਜਾ ਕੇ ਕੰਮ ਕੀਤਾ ਜਾਵੇ ਅਬ ਮੈਂ ਪਾਰਟੀ ਦੇ ਵਿੱਚ ਹਰ ਤਰੀਕੇ ਦਾ ਕੰਮ ਕਰਕੇ ਦੇਖ ਲਿਆ ਪਾਰਟੀ ਦਾ ਜਿਹੜਾ ਚੋਣ ਮੈਨੀਫੈਸਟੋਰੀ 2017 ਵਾਲਾ ਮੈਂ ਉਹ ਮੈਨੀਫੈਸਟੋ ਕਮੇਟੀ ਦਾ ਹਿੱਸਾ ਸੀ ਉਹਦੇ ਵਿੱਚ ਕਾਫੀ ਯੋਗਦਾਨ ਰਿਹਾ ਮੇਰਾ ਫਿਰ ਇਲੈਕਸ਼ਨਾਂ ਵੀ ਲਗਭਗ 2017 ਤੋਂ ਲੈ ਕੇ ਹੁਣ ਤੱਕ ਸਾਰੀਆਂ ਮੈਨੇਜ ਕਰਦਾ ਰਿਹਾ ਪਾਰਟੀ ਲਈ ਸੰਗਠਨ ਦਾ ਇੰਚਾਰਜ ਰਹਿ ਲਿਆ ਤੇ ਸਾਰਾ ਢਾਂਚਾ ਬਣਾ ਚਲਾ ਲਿਆ ਪਾਰਟੀ ਦਾ ਸਾਰਾ ਸਿਸਟਮ ਚਲਾ ਲਿਆ ਹੁਣ ਮੈਨੂੰ ਲੱਗਦਾ ਹੈ ਕਿ ਇੱਕ ਪੋਲੀਟੀਕਲ ਸਿਸਟਮ ਦੇ ਵਿੱਚ ਵਿਚਰਨ ਵਾਸਤੇ ਜੋ ਸਕਿੱਲ ਸੈਟ ਚਾਹੀਦਾ ਹੁੰਦਾ ਉਹ ਸਕਿੱਲ ਸੈਟ ਮੇਰੇ ਵਿੱਚ ਹੈ 2014 ਚ ਜਦੋਂ ਮੈਂ ਜੁੜਿਆ ਸੀ ਉਦੋਂ ਤਾਂ ਮੈਂ ਸਿਰਫ ਐਸ ਵਲੰਟੀਅਰ ਜੁੜਿਆ ਸੀਗਾ ਇਹ ਸੋਚ ਕੇ ਜੁੜਿਆ ਸੀਗਾ ਵੀ ਜੋ ਵੀ ਹਿੱਸਾ ਮੈਂ ਪਾ ਸਕਦਾ ਮੈਂ ਪਾਵਾਂ ਹੁਣ ਮੈਨੂੰ ਲੱਗਦਾ ਕਿ ਮੈਨੂੰ ਇਨਾਕ ਤਜਰਬਾ ਹੋ ਗਿਆ ਕਿ ਵੀ ਮੈਂ ਲੋਕਾਂ ਦਾ ਨੁਮਾਇੰਦਾ ਵੀ ਬਣ ਸਕਦਾ ਤਾਂ ਇਸ ਲਈ ਇਸ ਵਾਰ ਆਪਣੀ ਕੋਸ਼ਿਸ਼ ਕਰ ਰਹੇ ਹਾਂ 2017 ਦੇ ਵਿੱਚ ਕਿਉਂ ਨਹੀਂ ਲੱਗਿਆ ਕਿਉਂਕਿ ਜਦੋਂ ਵੀ ਅਸੀਂ ਦੇਖਦੇ ਹੁੰਨੇ ਆ ਹਰ ਇੱਕ ਨੂੰ ਲੱਗਦਾ ਯਾਰ ਜੇ ਮੈਂ ਪਾਰਟੀ ਲਈ ਕੰਮ ਕਰ ਰਿਹਾ ਤਾਂ ਮੇਰੇ ਲਈ ਕੋਈ ਨਾ ਕੋਈ ਕੁਰਸੀ ਹੋਵੇ ਮੈਂ ਵੀ ਕੁਰਸੀ ਤੱਕ ਲੜਾਂ ਕੁਰਸੀ ਲਈ ਖੜਾ ਤੇ ਉਦੋਂ ਕਿਉਂ ਨਹੀਂ ਸੋਚਿਆ ਤੇ ਹੁਣ ਕਿਉਂ ਫਰਕ ਕਿਉਂ ਆ ਗਿਆ ਸੋਚ ਦੇ ਵਿੱਚ ਲੜਾਈ ਕੁਰਸੀ ਦੀ ਨਹੀਂ ਹੈ ਜੀ ਲੜਾਈ ਇਹ ਹੈ ਕਿ ਕਿਹੜੇ ਬੰਦੇ ਚ ਕਿੰਨੀ ਕੈਪੇਬਿਲਿਟੀ ਹੈ ਕਿਹੜਾ ਬੰਦਾ ਕਿਹੜਾ ਰੋਲ ਪਲੇ ਕਰ ਸਕਦਾ 2017 ਵਿੱਚ ਮੈਂ ਇੱਕ ਪ੍ਰੋਫੈਸ਼ਨਲ ਦੁਨੀਆ ਚੋਂ ਨਿਕਲ ਕੇ ਆਇਆ ਹੋਇਆ ਇਨਸਾਨ ਸੀ ਕੋਈ ਲੋਕਾਂ ਦੇ ਰੂਬਰੂ ਹੋਣ ਦਾ ਤਜਰਬਾ ਨਹੀਂ ਸੀਗਾ ਉਦੋਂ ਤਾਂ ਮੈਂ ਸ਼ਾਇਦ 20 ਜਾਣਿਆਂ ਤੋਂ ਵੱਡੇ ਘਟ ਦੇ ਵਿੱਚ ਬੋਲ ਵੀ ਨਹੀਂ ਪਾਉਂਦਾ ਸੀਗਾ ਤੇ ਇਹ ਤਾਂ ਤਜਰਬੇ ਦੇ ਨਾਲ ਹੀ ਹੁਣ ਤਜਰਬਾ ਇੰਨਾ ਖੋ ਗਿਆ ਹੁਣ ਲੱਗਦਾ ਕਿ ਹੁਣ ਕਰ ਸਕਦੇ ਹਾਂ 17 ਚ ਤਜਰਬਾ ਨਹੀਂ ਸੀਗਾ ਤਾਂ ਨਹੀਂ ਕੀਤਾ ਤਾਂ ਉਹ ਲੋਕਾਂ ਦਾ ਦਿਲ ਜਿੱਤ ਲਵਾਂਗੇ ਮੈਨੂੰ ਉਮੀਦ ਹੈ ਜੀ ਸਾਡੇ ਹਲਕੇ ਦੇ ਵਿੱਚ ਦੋਨੋਂ ਪਾਰਟੀਆਂ ਦੇ ਜਿਹੜੇ ਲੀਡਰ ਨੇ ਉਹ ਬਾਹਰੋਂ ਨੇ ਹਲਕੇ ਦੇ ਵਿੱਚ ਲੋਕਲ ਚਿਹਰੇ ਦੀ ਬਹੁਤ ਲੰਬੇ ਸਮੇਂ ਤੋਂ ਡਿਮਾਂਡ ਹੈ ਮੈਂ ਉੱਥੇ ਦਾ ਜੰਪਾ ਲੈਂ ਜੀ ਪੜਿਆ ਲਿਖਿਆ ਹੈ ਤੇ ਜੋ ਅੱਜ ਕੱਲ ਲੋਕਾਂ ਦੀ ਉਮੀਦ ਹੈ ਨਵੀਂ ਪਾਰਟੀਆਂ ਤੋਂ ਕਿ ਨਵਾਂ ਚਿਹਰਾ ਹੋਵੇ ਪੜਿਆ ਲਿਖਿਆ ਹੋਵੇ ਚੰਗੀ ਨੀਅਤ ਵਾਲਾ ਹੋਵੇ ਉਹ ਸਾਰੀਆਂ ਖੁੱਬੀਆਂ ਰੱਖਦਾ ਮੈਨੂੰ ਲੱਗਦਾ ਲੋਕ ਪਸੰਦ ਕਰਨਗੇ ਅਗਰ ਜੀ 2017 ਦੀ ਜਦੋਂ ਆਪਾਂ ਗੱਲ ਤੁਰਦੀ ਹੈ ਤਾਂ 2017 ਦੇ ਵਿੱਚ ਬੜੀ ਲਹਿਰ ਸੀਗੀ 2014 ਦੇ ਵਿੱਚ ਬੜੀ ਲਹਿਰ ਸੀਗੀ ਹੁਣ ਤਾਂ ਉਹ ਲਹਿਰ ਕਿੱਥੇ ਦਿਖਦੀ ਨਹੀਂ ਕੀ ਤੁਹਾਨੂੰ ਕੀ ਲੱਗਦਾ ਹੁਣ ਆਮ ਆਦਮੀ ਪਾਰਟੀ ਕਿਵੇਂ ਲੋਕਾਂ ਦੇ ਵਿੱਚ ਆਪਣਾ ਜਿਹੜਾ ਮੁਕਾਮ ਆ ਉਹ ਬਣਾ ਸਕੇਗੀ ਤੁਹਾਨੂੰ ਲੱਗਦਾ ਕਿ ਇਸ ਵੇਲੇ ਕੁਝ ਹੈਗਾ ਪਾਰਟੀ ਦੇ ਕੋਲ ਜਾਂ ਪਾਰਟੀ ਲੈ ਕੇ ਲੋਕਾਂ ਤੱਕ ਜਾਏਗੀ ਜਾਂ ਲੋਕ ਪਾਰਟੀ ਦੇ ਨਾਲ ਜੁੜਨਗੇ 2014 ਤੇ 2017 ਦੇ ਕਾਫੀ ਅੰਤਰ ਸੀ 2014 ਦੇ ਵਿੱਚ ਅੰਡਰਕਰੰਟ ਸੀਗਾ ਜਿਹੜਾ ਲੋਕਾਂ ਦੇ ਵਿੱਚ ਆਪ ਮਹਾਰੇ ਸੀਗਾ 2017 ਦੇ ਵਿੱਚ ਵੇਵ ਸੀ ਜਿਹੜੀ ਕੈਂਪੇਨ ਦੇ ਨਾਲ ਬਣਦੀ ਹੁੰਦੀ ਹੈ ਜਿਹੜਾ ਹੁਣ 2022 ਦੇ ਵਿੱਚ ਮਾਹੌਲ ਬਣ ਰਿਹਾ 2014 ਵਰਗਾ 2017 ਵਰਗਾ ਨਹੀਂ ਇੱਕ ਅੰਡਰਕਰੰਟ ਹੈ ਹਾਲੇ ਸਾਡੀ ਪਾਰਟੀ ਨੇ ਜਿਹੜਾ ਆਪਣਾ ਇਲੈਕਸ਼ਨ ਕੈਂਪੇਨ ਹੈ ਉਹ ਪੂਰੇ ਤਰੀਕੇ ਨਾਲ ਸ਼ੁਰੂ ਵੀ ਨਹੀਂ ਕੀਤਾ 2000 ਅ 17 ਵਾਲੀਆਂ ਇਲੈਕਸ਼ਨਾਂ ਤਾਂ ਇਸ ਇਸ ਵੇਲੇ ਤੱਕ ਅਸੀਂ ਪੀਕ ਵੀ ਕਰ ਚੁੱਕੀ ਸੀਗੀ ਐਤਕੀ ਅਸੀਂ ਕੈਂਪੇਨ ਸ਼ੁਰੂ ਵੀ ਨਹੀਂ ਕੀਤਾ ਫਿਰ ਵੀ ਲੋਕਾਂ ਦੇ ਵਿੱਚ ਬਹੁਤ ਵੱਡੇ ਲੈਵਲ ਤੇ ਬਹੁਤ ਬਹੁਤ ਵੱਡੇ ਪੱਧਰ ਤੇ ਇੱਕ ਅੰਡਰਕਰੰਟ ਹੈ ਐਤਕੀ ਮੈਨੂੰ ਲੱਗਦਾ ਜਿਹੜੇ ਰਿਜ਼ਲਟ ਨੇ ਉਹ ਬਹੁਤ ਥਾਰਾ ਨਹੀਂ ਜਨ ਕਾਣਗੇ ਲੱਗਦਾ ਕਿ ਜਿੱਦਾਂ ਆਪਾਂ ਦੇਖਿਆ 2017 ਦੇ ਵਿੱਚ ਬਹੁਤ ਸਾਰੇ ਦੂਜੀਆਂ ਪਾਰਟੀਆਂ ਦੇ ਲੋਕ ਆਏ ਤੇ ਵਿਰੋਧੀ ਤਰਬਾਦ ਦੇ ਵਿੱਚ ਕਹਿੰਦੇ ਵੀ ਰਹੇ ਨੇ ਕਿ ਆਮ ਆਦਮੀ ਪਾਰਟੀ ਦੇ ਵਿੱਚ ਤਾਂ ਸਾਡੇ ਬੰਦੇ ਗਏ ਹੋਏ ਨੇ ਇਹ ਤਾਂ ਜਦੋਂ ਮਰਜੀ ਅਸੀਂ ਉਧਰੋਂ ਬੁਲਾ ਲਈਏ ਜੀ ਤਾਂ ਲੱਗਦਾ ਕਿ ਇਸ ਵਾਰੀ ਉਹ ਗਲਤੀਆਂ ਜੋ ਗਲਤੀਆਂ ਪਿਛੇ ਪੂਤਕਾਲ ਦੇ ਵਿੱਚ ਕੀਤੀਆਂ ਨੇ ਪਾਰਟੀਆਂ ਨੇ ਪਾਸਤੇ ਵਿੱਚ ਕੀਤੀਆਂ ਨੇ ਉਹ ਇਸ ਵਾਰੀ ਨਹੀਂ ਕਰਨਗੀਆਂ ਤਾਂ ਲੱਗਦਾ ਕਿ ਆਮ ਆਦਮੀ ਪਾਰਟੀ ਦਾ ਇਸ ਵੇਲੇ ਸਟੈਂਡ ਕੀ ਹੈ 2017 ਵਾਲੀਆਂ ਸਾਰੀਆਂ ਗਲਤੀਆਂ ਦਾ ਪਾਰਟੀ ਨੇ ਖੁੱਲਕੇ ਐਨਲਿਸਿਸ ਕੀਤਾ ਹੈ ਜੋ ਗਲਤੀਆਂ ਆਮ ਲੋਕ ਸੋਚਦੇ ਨੇ ਤੁਸੀਂ ਸੋਚਦੇ ਹੋ ਉਹ ਵੀ ਤੇ ਉਹ ਬਹੁਤ ਸਾਰੀਆਂ ਗਲਤੀਆਂ ਜਿਹੜੀਆਂ ਸ਼ਾਇਦ ਆਮ ਰੀਅਲਾਈਜ਼ ਵੀ ਨਹੀਂ ਕੀਤੀ ਹੋਣੀ ਹੈ ਪਾਰਟੀ ਨੇ ਰੀਅਲਾਈਜ਼ ਕੀਤੀ ਉਹ ਸਾਰੀਆਂ ਗਲਤੀਆਂ ਦਾ ਇਸ ਵਾਰ ਪਾਰਟੀ ਸੁਧਾਰ ਕਰ ਰਹੀ ਹੈ ਜਿਹੜਾ ਜੁਆਇਨਿੰਗ ਵਾਲਾ ਪ੍ਰੋਸੈਸ ਹੈ ਕਿ ਫਿਲਟਰ ਫਿਲਟਰੇਸ਼ਨ ਪ੍ਰੋਸੈਸ ਬਹੁਤ ਲੰਮਾ ਚੌੜਾ ਹੈ ਪਿਛਲੀ ਵਾਰ ਤਾਂ ਕੋਈ ਵੀ ਆ ਕੇ ਜੁਆਇਨ ਕਰ ਲੈਂਦਾ ਸੀ ਕਿਉਂਕਿ ਜੁਆਇਨਿੰਗ ਦਾ ਪ੍ਰੋਸੈਸ ਬਹੁਤ ਲੰਮਾ ਚੌੜਾ ਹੈ ਪ੍ਰੋਫੈਸ਼ਨਲ ਟੀਮਾਂ ਵੀ ਉਹਦੇ ਵਿੱਚ ਲੱਗੀਆਂ ਨੇ ਸਾਰਾ ਬੈਕਗ੍ਰਾਉਂਡ ਚੈੱਕ ਹੁੰਦਾ ਹੈ ਬੰਦੇ ਦੀਆਂ ਉਮੀਦਾਂ ਜੋ ਹੁੰਦੀਆਂ ਨੇ ਉਹਦੇ ਬਾਰੇ ਖੁੱਲ ਕੇ ਡਿਸਕਸ਼ਨ ਹੁੰਦੀ ਆ ਪਾਰਟੀ ਕੀ ਕਰ ਸਕਦੀ ਆ ਕੋਈ ਝੂਠਾ ਲਾਰਾ ਨਹੀਂ ਲਾਇਆ ਜਾਂਦਾ ਤਾਂ ਇਸ ਵਾਰ 2017 ਨਾਲ ਕਾਫੀ ਅੰਤਰ ਹੈ ਇਸ ਵਾਰ ਵੀ ਇਹ ਕਹੀ ਜਾਂਦਾ ਜਦੋਂ ਵੀ ਅਸੀਂ ਗੱਲ ਕਰਦੇ ਆ ਭਾਵੇਂ ਰਾਗਵ ਚੱਡਾ ਜੀ ਹੋਣ ਭਾਵੇਂ ਜਨਰਲ ਸਿੰਘ ਹੋਵੇ ਭਾਵੇਂ ਜਿਆ ਪਾਰਟੀਆਂ ਦਾ ਕੋਈ ਵੀ ਲੀਡਰ ਹੈ ਤਾਂ ਸਵਾਗਤ ਆ ਆਮ ਆਦਮੀ ਪਾਰਟੀ ਦੇ ਵਿਚ ਆ ਰਹੇ ਤਾਂ ਜਦੋਂ ਉਹ ਅਕਾਲੀ ਕਾਂਗਰਸ ਦੇ ਵਿੱਚ ਨੇ ਤਾਂ ਉਹ ਕਰਪਟ ਨੇ ਚੋਰ ਨੇ ਤੇ ਜਦੋਂ ਆਮ ਆਦਮੀ ਪਾਰਟੀ ਦੇ ਵਿੱਚ ਆ ਜਾਂਦੇ ਨੇ ਤਾਂ ਦੁੱਧ ਧਲੇ ਹੋ ਜਾਂਦੇ ਨੇ ਇਹ ਕਿਵੇਂ ਹੋ ਜਾਂਦਾ ਤੁਹਾਡੇ ਕੋਲ ਕਿਹੜਾ ਫਿਲਟਰ ਹੈ ਉਹ ਜਿਹੜਾ ਜਦੋਂ ਆਮ ਆਦਮੀ ਪਾਰਟੀ ਦੇ ਵਿੱਚ ਆ ਜਾਂਦੇ ਨੇ ਉਹ ਤਾਂ ਸਭ ਕੁਝ ਜਿਹੜਾ ਉਹਨਾਂ ਦਾ ਚਰਿੱਤਰ ਆ ਉਹਨਾਂ ਦੇ ਜਿਹੜਾ ਸਫੇਦ ਹੈ ਉਹ ਸਭ ਕੁਝ ਸਾਫ਼ ਹੋ ਜਾਂਦਾ ਨਹੀਂ ਦੇਖੋ ਪਾਰਟੀਆਂ ਦੀ ਲੀਡਰ ਲੀਡਰਸ਼ਿਪ ਹੈ ਜਿਹੜੀ ਉਹ ਕਰਪਟ ਹੈ ਕਲੀ ਦਲ ਦੀ ਕਾਂਗਰਸ ਜਿਹੜੀ ਟੌਪ ਦੀ ਲੀਡਰਸ਼ਿਪ ਹੈ ਉਹ ਕਰਪਟ ਹੈ ਇਹਨਾਂ ਦੋਨਾਂ ਪਾਰਟੀਆਂ ਦੇ ਵਿੱਚ ਵੀ ਬਹੁਤ ਚੰਗੇ ਚਿਹਰੇ ਵੀ ਹੁੰਦੇ ਨੇ ਬਹੁਤ ਚੰਗੇ ਨੇਕ ਲੋਕ ਵੀ ਹੁੰਦੇ ਨੇ ਜਿਹੜੇ ਕੰਮ ਕਰਨਾ ਚਾਹੁੰਦੇ ਨੇ ਪਰ ਕਿਉਂਕਿ ਕਰਪਟ ਸਿਸਟਮ ਦੇ ਵਿੱਚ ਉਹਨਾਂ ਨੂੰ ਮੌਕੇ ਨਹੀਂ ਮਿਲਦਾ ਤਾਂ ਉਹਤੇ ਕੰਮ ਨਹੀਂ ਕਰ ਪਾਉਂਦੇ ਤਾਂ ਰਾਗਵ ਚੱਡਾ ਜੀ ਜਰਨੈਲ ਸਿੰਘ ਜੀ ਜਾਂ ਮਾਨ ਸਾਹਿਬ ਜਿਹੜੀ ਗੱਲ ਕਹਿੰਦੇ ਨੇ ਉਹ ਕਹਿੰਦੇ ਨੇ ਜਿਹੜੇ ਚੰਗੇ ਲੋਕ ਨੇ ਪੰਜਾਬ ਦੇ ਭਲੇ ਲਈ ਬਿਨਾਂ ਸ਼ਰਤ ਤੋਂ ਆਮ ਆਦਮੀ ਪਾਰਟੀ ਵਿੱਚ ਆਉਣਾ ਚਾਹੁੰਦੇ ਨੇ ਉਹਨਾਂ ਦਾ ਸਵਾਗਤ ਹੈ ਕਰਪਟ ਬੰਦਿਆਂ ਦਾ ਸਵਾਗਤ ਨਹੀਂ ਤੁਸੀਂ ਕਿਵੇਂ ਫਿਲਟਰ ਕਰੋਗੇ ਫਿਰ ਵੀ ਕਰਪਟ ਬਾਦ ਦੇ ਵਿੱਚ ਦੇਖੋ ਹ ਤੜਾ ਤੜਾ ਜੁਆਇਨਿੰਗ ਹੁੰਦੀ ਆ ਰੋਜ਼ ਆਪਾਂ ਦੇਖਦੇ ਆ ਕਦੇ ਇਹ ਸ਼ਾਮਲ ਹੋ ਗਿਆ ਕਦੇ ਉਹ ਸ਼ਾਮਲ ਹੋ ਗਿਆ ਫਿਰ ਬਾਅਦ ਦੇ ਵਿੱਚ ਇਹਨਾਂ ਨੂੰ ਫਿਲਟਰ ਕਿਵੇਂ ਕਰੋਗੇ ਬਾਅਦ ਦੇ ਵਿੱਚ ਤੁਸੀਂ ਤੁਹਾਡੀ ਲੀਡਰਸ਼ਿਪ ਇਹ ਕਹੂਗੀ ਵੀ ਇਹ ਤਾਂ ਬੰਦੇ ਉਹੀ ਨੇ ਜੀ ਸਾਡੇ ਵਿੱਚ ਪਲਾਨਟ ਕਰ ਦਿੱਤੇ ਗਏ ਸੀ ਨਹੀਂ ਇਸ ਪਰ ਜਿਹੜੇ ਵੀ ਬੰਦੇ ਜੁਆਇਨ ਹੁੰਦੇ ਆ ਉਹਨਾਂ ਦਾ ਪਹਿਲਾਂ ਪ੍ਰੋਪਰ ਸਰਵੇ ਹੁੰਦਾ ਹੈ ਸਰਵੇ ਦੇ ਵਿੱਚ ਲੋਕ ਕੀ ਦੱਸ ਦਿੰਦੇ ਨੇ ਕਿਉਂਕਿ ਇੱਕ ਵਾਰ ਗੱਲਬਾਤ ਕਰਕੇ ਇੱਕ ਵਾਰ ਬੈਠ ਕੇ ਤੁਸੀਂ ਬੰਦੇ ਨੂੰ ਨਹੀਂ ਜਜ ਕਰ ਸਕਦੇ ਬਟ ਜਿਹੜਾ ਬੰਦੇ ਦਾ ਸਾਰੀ ਉਮਰ ਦਾ ਲੋਕਾਂ ਦੇ ਵਿੱਚ ਵਿਚਰਨਾ ਹੁੰਦਾ ਹੈ ਉਹਦੇ ਨਾਲ ਲੋਕ ਜਜਮੈਂਟ ਕਰ ਲੈਂਦੇ ਨੇ ਕਿ ਵੀ ਬੰਦਾ ਕਰਪਟ ਹੈ ਕਿ ਨਹੀਂ ਇਸ ਵਾਰ ਅਸੀਂ ਸਾਰੇ ਜਿੰਨੇ ਵੀ ਜੁਆਇਨ ਕਰਾਉਣੇ ਆ ਸਰਵੇ ਕਰਾ ਕੇ ਕਰਾਉਣੇ ਆ ਜਿਹੜੇ ਲੋਕਾਂ ਦੇ ਸਰਵੇ ਦੇ ਵਿੱਚ ਸਾਰੇ ਉੱਤਰ ਦੇ ਨੇ ਲੋਕ ਸੋਚਦੇ ਨੇ ਵੀ ਇਮਾਨਦਾਰ ਨੇ ਸਾਫ਼ ਨੇ ਸਿਰਫ ওই ਲੋਕ ਜੁਆਇਨ ਹੋ ਰਹੇ ਨੇ 20 ਇਟਾ ਆਮ ਆਦਮੀ ਪਾਰਟੀ ਦੀ ਆਈਆਂ ਸੀ 2017 ਦੇ ਵਿੱਚ ਜਦੋਂ ਬੋ ਗੱਲ ਕਰੀਏ ਤਾਂ ਹੁਣ 7-8 ਤੱਕ ਪਹਿਲਾਂ ਲੱਗ ਹੋ ਚੁੱਕੇ ਨੇ ਕੁਝ ਦੂਜੀਆਂ ਪਾਰਟੀਆਂ ਦੇ ਵਿੱਚ ਜਾ ਚੁੱਕੇ ਨੇ ਚਾਰਤਾ ਕਾਂਗਰਸ ਦੇ ਵਿੱਚ ਹੀ ਜਾ ਚੁੱਕੇ ਨੇ ਤਾਂ ਫਿਰ ਤੁਹਾਨੂੰ ਲੱਗਦਾ ਕਿ ਬਹੁਤ ਗਲਤੀਆਂ ਰਹੀਆਂ ਨੇ ਪਾਰਟੀ ਤੋਂ ਜਾਂ ਇਸ ਵੇਲੇ ਤੁਹਾਨੂੰ ਲੱਗਦਾ ਹੈਗਾ ਕਿ ਕਿਸੇ ਦੂਜੀ ਪਾਰਟੀ ਆ ਤੋ ਆਈ ਲੋਕਾਂ ਨੂੰ ਜਿਹੜਾ ਟਿਕਟ ਨਾ ਦੇ ਕੇ ਆਮਕਰਾਂ ਦੇ ਕਾਕਿਆਂ ਨੂੰ ਆਮਕਰਾਂ ਦੇ ਮੁੰਡਿਆਂ ਨੂੰ ਕੁੜੀਆਂ ਨੂੰ ਟਿਕਟਾਂ ਦਈਏ ਉਹ ਜ਼ਿਆਦਾ ਬਿਹਤਰ ਨਹੀਂ ਹੋਊਗਾ ਪਿਛਲੀ ਵਾਰ ਵੀ ਜਿਹੜੇ ਜਿੱਤੇ ਸੀਗੇ ਜਿੱਤੇ ਹੋਏ ਜ਼ਿਆਦਾਤਰ ਆਮਕਰਾਂ ਦੇ ਲੋਕ ਹੀ ਸੀਗੇ ਉਹ ਇਹ ਹੈ ਕਿ 2017 ਤੋਂ ਬਾਅਦ ਇੱਕ ਵਾਰ ਪਾਰਟੀ ਤੋਂ ਲੋਕਾਂ ਨੂੰ ਨਾ ਉਮੀਦਗੀ ਹੋ ਗਈ ਸੀ ਕਿ ਸ਼ਾਇਦ ਪਾਰਟੀ ਖਤਮ ਹੋ ਗਈ ਉਹ ਉਹਦੇ ਕਾਰਨ ਕਾਫੀ ਟੁੱਟ ਭੱਜ ਵੀ ਹੋਈ ਹੈ ਬਟ ਹੁਣ ਲੋਕਾਂ ਦੀ ਉਮੀਦ ਵੀ ਦੁਬਾਰਾ ਜਾਗੀ ਹੈ ਤੇ ਹੁਣ ਦਿੱਲੀ ਦੇ ਵਿੱਚ ਜਦੋਂ ਤੀਜੀ ਵਾਰ ਅਰਵਿੰਦ ਕੇਜਰੀਵਾਲ ਜੀ ਨੇ ਜਿੱਤ ਪ੍ਰਾਪਤ ਕੀਤੀ ਤੇ ਜਿਸ ਤਰੀਕੇ ਨਾਲ ਉਹ ਨੈਸ਼ਨਲ ਪੱਧਰ ਤੇ ਐਜ਼ ਅ ਲੀਡਰ ਉੱਭਰੇ ਨੇ ਇਸ ਵਾਰ ਉਹਹੀ ਜਿਹੀ ਕੋਈ ਗਲਤੀ ਨਹੀਂ ਹੋਊਗੀ ਇਸ ਵਾਰ ਉਹੋ ਜਿਹਾ ਕੋਈ ਨੁਕਸਾਨ ਨਹੀਂ ਹੋਏ ਹੁਣ ਵੀ ਕਹਿੰਦੇ ਨੇ ਕਿ 2022 ਦੇ ਵਿੱਚ ਆਮ ਆਦਮੀ ਪਾਰਟੀ ਨਾ ਆਈ ਤਾਂ ਸਫਾਇਆ ਹੋ ਜਾਣਾ ਆਮ ਆਦਮੀ ਪਾਰਟੀ ਦਾ ਵਿਰੋਧੀ ਇਹ ਗੱਲ ਕਹਿੰਦੇ ਨੇ 2022 ਚ ਆਮ ਆਦਮੀ ਪਾਰਟੀ ਦੀ ਸਰਕਾਰ ਆਊਗੀ 101% ਆ ਜਿੰਮੀ ਮੈਂ ਤੁਹਾਨੂੰ ਦੱਸ ਰਿਹਾ ਵੀਰ ਜੀ ਕਿ ਤੁਸੀਂ ਲੋਕਾਂ ਦੇ ਵਿੱਚ ਜਾ ਕੇ ਦੇਖੋ ਲੋਕਾਂ ਦੇ ਵਿੱਚ ਇੱਕ ਬਹੁਤ ਵੱਡੇ ਪੱਧਰ ਦਾ ਅੰਡਰਕਰੰਟ ਹੈ ਜਿਹੜਾ 2014 ਵਿੱਚ ਸੀਗਾ ਐਤਕੀ ਲੋਕ ਆਪ ਬੋਲ ਰਹੇ ਨੇ ਪਿਛਲੀ ਵਾਰ ਅਸੀਂ ਕੈਂਪੇਨ ਕਰ ਕਰਕੇ ਕਰ ਕਰਕੇ ਲੋਕਾਂ ਨੂੰ ਬੋਲਣਾ ਸ਼ੁਰੂ ਕਰਵਾਇਆ ਸੀ ਐਤਕੀ ਤੁਸੀਂ ਕੈਂਪੇਨ ਹੀ ਨਹੀਂ ਕਰ ਰਹੇ ਤੇ ਲੋਕ ਆਪ ਮਾਰੇ ਬੋਲ ਰਹੇ ਨੇ ਇਸ ਕੋ ਕਹਿੰਦੇ ਨੇ ਨਾ ਕਿ ਇਹ ਵੀ ਆਮ ਉਹਨਾਂ ਵਰਗੇ ਨੇ ਜਿਹਨਾਂ ਰਵਾਇਤੀ ਪਾਰਟੀਆਂ ਨੇ ਵੀ ਉਹਨਾਂ ਵਰਗੇ ਲੀਡਰ ਨੇ ਉਹ ਵੀ ਇਹ ਵੀ ਉਵੇਂ ਹੀ ਕਰਦੇ ਨੇ ਮੈਂ ਜੀ ਬੜੀ ਸਧਾਰਨ ਜੀ ਪਰਿਵਾਰ ਚੋਂ ਆਨਾ ਮੇਰੇ ਫਾਦਰ ਸਾਹਿਬ ਨੂੰ ਚਾਰ ਕਿਲੇ ਜ਼ਮੀਨ ਦੇ ਆਉਂਦੇ ਨੇ ਸਾਡੇ ਪਰਿਵਾਰ ਚ ਕੋਈ ਵੀ ਬੰਦਾ ਅਜੇ ਤੱਕ ਕਦੇ ਪੰਚਾਇਤ ਇਲੈਕਸ਼ਨ ਵੀ ਨਹੀਂ ਲੜਿਆ ਹੈਗਾ ਕੋਈ ਐਮਐਲਏ ਦੀ ਇਲੈਕਸ਼ਨ ਤਾਂ ਬਹੁਤ ਦੂਰ ਦੀ ਗੱਲ ਹੈ ਮੇਰੇ ਵਰਗੇ ਬੰਦੇ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਇੰਨਾ ਮਾਣ ਮਿਲਿਆ ਕੋਰ ਕਮੇਟੀ ਦਾ ਮੈਂਬਰ ਰਹਿ ਲਿਆ ਪੰਜਾਬ ਦਾ ਸੰਗਠਨ ਇਨਚਾਰਜ ਰਹਿ ਲਿਆ ਇਹ ਦੂਸਰੀਆਂ ਪਾਰਟੀਆਂ ਨਹੀਂ ਤਾਂ ਪੋਸਿਬਲ ਨਹੀਂ ਸਿਰਫ ਆਮ ਆਦਮੀ ਪਾਰਟੀ ਚ ਪੋਸਿਬਲ ਹੈ ਮੈਨੂੰ ਤਾਂ ਪੂਰਾ ਯਕੀਨ ਹੈ ਕਿ ਆਮ ਆਦਮੀ ਪਾਰਟੀ ਚ ਨੇਕ ਲੋਕਾਂ ਦੀ ਚੰਗੇ ਲੋਕਾਂ ਦੀ ਜਗ੍ਹਾ ਹੈ ਤੇ ਸਿਰਫ ਇਹੀ ਪਾਰਟੀ ਹੈ ਜਿੱਥੇ ਇਹੋ ਜਿਹੇ ਲੋਕਾਂ ਦੀ ਜਗ੍ਹਾ ਹੈ ਗੈਰੀ ਜੀ ਮੈਨੂੰ ਯਾਦ ਆਉਂਦਾ ਹੈ ਕਿ ਇੱਕ ਵਾਰੀ ਸੁਖਪਾਲ ਖਹਿਰਾ ਜੀ ਨੇ ਬਿਆਨ ਦਿੱਤਾ ਸੀ ਕਿ ਇੱਕ ਮੁੰਡਾ ਆ ਨਵਾਂ ਜਿਹਾ ਮੁੰਡਾ ਹੈ ਉਹ ਮੇਰਾ ਵਿਰੋਧ ਕਰਦਾ ਸੋ ਬੱਸ ਸੰਗਠਨ ਦੇ ਵਿੱਚ ਤੁਸੀਂ ਉਸ ਵੇਲੇ ਦੇਖਦੇ ਸੀਗਾ ਸਾਰਾ ਸੂ ਤਾ ਉਸ ਵੇਲੇ ਸਭ ਤੋਂ ਪਹਿਲਾ ਵਿਰੋਧ ਆ ਪੰਜਾਬ ਦੀ ਲੀਡਰਸ਼ਿਪ ਦੀ ਜੇ ਮੈਂ ਗੱਲ ਕਰਾਂ ਤਾਂ ਤੁਸੀਂ ਕੀਤਾ ਸੀਗਾ ਤੁਹਾਨੂੰ ਕੀ ਲੱਗਿਆ ਸੀ ਕਿ ਸੁਖਪਾਲ ਖੈਰਾ ਪਾਰਟੀ ਦੇ ਲਈ ਕਿਉਂ ਨਹੀਂ ਫਿੱਟ ਸੀ ਜਾਂ ਉਸ ਵੇਲੇ ਵਿਰੋਧ ਕਰਨ ਵਾਲੇ ਸਭ ਤੋਂ ਪਹਿਲੇ ਤੁਸੀਂ ਸੀਗੇ ਉਹਦਾ ਕੀ ਕਾਰਨ ਮੰਨੇ ਆ ਮੈਂ ਵਿਰੋਧ ਨਹੀਂ ਕੀਤਾ ਜੀ ਮੈਂ ਉਸ ਵੇਲੇ ਪੰਜਾਬ ਦਾ ਸੂਬੇ ਦਾ ਸੰਗਠਨ ਦਾ ਇੰਚਾਰਜ ਸੀਗਾ ਉਦੋਂ ਸੁਖਪਾਲ ਖੈਰਾ ਜੀ ਲੀਡਰਸ਼ਿਪ ਲੀਡਰ ਆਫ ਓਪੋਜੀਸ਼ਨ ਹੋਣ ਦੇ ਬਾਵਜੂਦ ਵੀ ਪਾਰਟੀ ਨੂੰ ਤੋੜਨ ਦੀਆਂ ਗਤੀਵਿਧੀਆਂ ਸਰਗਰਮ ਤਰੀਕੇ ਦੇ ਨਾਲ ਕਰ ਰਹੀ ਸੀ ਸਾਡੀ ਪਾਰਟੀ ਦੇ ਬੰਦਿਆਂ ਨੂੰ ਲੋਕ ਇਨਸਾਫ ਪਾਰਟੀ ਦੇ ਵਿੱਚ ਸ਼ਾਮਲ ਕਰਾ ਰਹੇ ਸੀ ਮੈਂ ਸੰਗਠਨ ਦਾ ਇੰਚਾਰਜ ਸੀ ਕਿ ਮੇਰੀ ਜ਼ਿੰਮੇਵਾਰੀ ਬਣਦੀ ਸੀ ਕਿ ਮੈਂ ਆਪਣੇ ਸੰਗਠਨ ਨੂੰ ਸਾਮਖੇ ਰੱਖਾਂ ਤੇ ਮੈਂ ਤਾਂ ਉਹਨਾਂ ਦਾ ਵਿਰੋਧ ਨਹੀਂ ਕੀਤਾ ਮੈਂ ਤਾਂ ਉਹਨਾਂ ਦੀ ਜਿਹੜੀਆਂ ਐਂਟੀ ਪਾਰਟੀ ਗਤੀਵਿਧੀਆਂ ਸੀ ਉਹਨਾਂ ਦਾ ਵਿਰੋਧ ਕੀਤਾ ਸੀ ਉਹ ਸੁਭਾਵਕ ਸੀ ਕਿ ਮੈਂ ਆਪਣੀ ਡਿਊਟੀ ਨਿਭਾ ਰਿਹਾ ਸੀ ਤਾਂ ਫਿਰ ਉਹਨਾਂ ਨੂੰ ਇਸ ਗੱਲ ਦਾ ਮਲਾਲ ਵੀ ਹੋਊਗਾ ਤੁਹਾਡੇ ਤੋਂ ਵੀ ਤੁਸੀਂ ਕਿਉਂ ਬੋਲੇ ਕਿਉਂਕਿ ਉਸ ਵੇਲੇ ਨਾ ਤਾਂ ਕੋਈ ਵੱਡੀ ਲੀਡਰਸ਼ਿਪ ਬੋਲ ਰਹੀ ਸੀ ਤਾਂ ਤੁਸੀਂ ਵਿਰੋਧ ਕੀਤਾ ਸੀ ਉਸ ਵੇਲੇ ਮੈਨੂੰ ਮਲਾਲ ਹੈ ਜੀ ਉਹ ਲੀਡਰਸ਼ਿਪ ਲੀਡਰ ਆਫ ਓਪੋਜੀਸ਼ਨ ਹੁੰਦੇ ਹੋਏ ਪਾਰਟੀ ਨੂੰ ਤੋੜਨ ਦੀਆਂ ਗਤੀਵਿਧੀਆਂ ਕਰਦੇ ਰਹੇ ਉਹ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਏਡਾ ਵੱਡਾ ਏਡੀ ਵੱਡੀ ਉਪਾਦੀ ਦਿੱਤੀ ਜਿਹੜੀ ਪਾਰਟੀ ਚ ਉਹ ਆਏ ਸੀ ਸ਼ਾਇਦ ਉਹ ਪਾਰਟੀ ਚ ਉਹਨਾਂ ਨੂੰ ਕਦੇ ਵੀ ਇਹੀ ਜੀ ਪਾਦੀ ਨਾ ਮਿਲੀ ਤੇ ਨਾ ਹੀ ਕਦੇ ਮਿਲਦਾ ਮਿਲਨੀ ਹੈ ਤੇ ਆਮ ਆਦਮੀ ਪਾਰਟੀ ਉਹਨਾਂ ਨੇ ਨਿਮਾਨ ਬਖਸ਼ੇ ਤੇ ਉਹੀ ਪਾਰਟੀ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਕਰ ਰਹੇ ਸੀ ਉਹਨਾਂ ਨੂੰ ਮਲਾਲ ਹੈ ਕਿ ਨਹੀਂ ਹੈ ਮੈਨੂੰ ਨਹੀਂ ਪਤਾ ਮੈਨੂੰ ਜ਼ਰੂਰ ਮਲਾਲ ਹੈ ਕਿ ਸਾਡੀ ਪਾਰਟੀ ਨੇ ਉਹਨਾਂ ਨੂੰ ਏਡਾ ਵੱਡਾ ਮੁਕਾਮ ਦਿੱਤਾ ਤੇ ਪਾਰਟੀ ਨੂੰ ਤੋੜਨ ਦੀ ਕੋਸ਼ਿਸ਼ ਲੋਕ ਕਹਿ ਲੋਕ ਕਹਿ ਰਹੇ ਨੇ ਕਿ ਆਰ ਆਈ ਪੀ ਖੁਦ ਮੁਖਤਿਆਰੀ ਲੋਕ ਹੁਣ ਖੁਦਮੁਖਤਿਆਰੀ ਦੀ ਜਿਹੜੀ ਗੱਲਾਂ ਉਹਨਾਂ ਨੇ ਉਠਾਈਆਂ ਸੀ ਉਹ ਤੋਂ ਹੀ ਵਿਸ਼ਵਾਸ ਉੱਠ ਗਿਆ ਲੋਕਾਂ ਦਾ ਹੁਣ ਲੱਗਦਾ ਕਿ ਦੁਬਾਰਾ ਕੋਈ ਲੀਡਰ ਉੱਠੂਗਾ ਪੰਜਾਬ ਦੇ ਵਿੱਚੋਂ ਪੰਜਾਬ ਦੀ ਖੁਦਮੁਖਤਿਆਰੀ ਦੀ ਗੱਲ ਕਰੂਗਾ ਸਾਡੀ ਪਾਰਟੀ ਹੈ ਜਿਹੜੀ ਉਹ ਪੰਜਾਬ ਦੀ ਯੂਨিয়ন ਹੈ ਜਿਹੜੀ ਉਹਨੂੰ ਪੰਜਾਬ ਦੀ ਲੀਡਰਸ਼ਿਪ 'ਤੇ ਚਲਾਉਂਦੀ ਹੈ ਭਗਵੰਤ ਮਾਨ ਜੀ ਜਿਹੜੇ ਸਾਡੇ ਪੰਜਾਬ ਦੇ ਪ੍ਰਧਾਨ ਨੇ ਉਹਨਾਂ ਦੀ ਰਹਿਨਮਾਈ ਦੇ ਵਿੱਚ ਪਾਰਟੀ ਚੱਲ ਰਹੀ ਹੈ ਪੰਜਾਬ ਦੇ ਪਿੰਡਾਂ ਚ ਉੱਠ ਕੇ ਬਣੇ ਹੋਏ ਲੀਡਰ ਨੇ ਭਗਵੰਤ ਮਾਨ ਜੀ ਉਹਨਾਂ ਨੂੰ ਖੁਦਮੁਖਤਿਆਰੀ ਹੈ ਮਿੰਤਰ ਖੈਰਾ ਸਾਹਿਬ ਦੀ ਖੁਦਮੁਖਤਿਆਰੀ ਦੀ ਗੱਲ ਕਰਦੇ ਸਮਝ ਨਹੀਂ ਆਈ ਵੀ ਕੀ ਕਹਿਣਾ ਚਾਹੁੰਦੇ ਨੇ ਕੀ ਨਹੀਂ ਖੁਦਮੁਖਤਿਆਰੀ ਨਹੀਂ ਉਹ ਖੁਦ ਦੀ ਮੁਖਤਿਆਰੀ ਦੀ ਗੱਲ ਕਰਦੇ ਸੀ ਖੁਦਮੁਖਤਿਆਰੀ ਖੁਦਮੁਖਤਿਆਰੀ ਸਾਰੀ ਪੰਜਾਬ ਦੀ ਯੂਨਿਟ ਨੂੰ ਆਮ ਆਦਮੀ ਪਾਰਟੀ ਦੀ ਯੂਨਿਟ ਨੂੰ ਹੈ ਭਗਵੰਤ ਮਾਨ ਜੀ ਤੁਸੀਂ ਗੱਲਬਾਤ ਕੀਤੀ ਭਗਵੰਤ ਮਾਨ ਜੀ 2019 ਦੀਆਂ ਚੋਣਾਂ ਦੇ ਵਿੱਚ ਤੁਸੀਂ ਸਾਰਾ ਉਹਨਾਂ ਦਾ ਦੇਖਿਆ ਕੰਮਕਾਰ ਵੀ ਕਿੱਦਾਂ ਉਹਨਾਂ ਨੇ ਜਾਣਾ ਕੈਂਪੇਨ ਕਰਨੀ ਸਾਰੇ ਉਸਦੇ ਇੰਚਾਰਜ ਵੀ ਕਮੇਟੀ ਦੇ ਵਿੱਚ ਵੀ ਸੀ ਤੁਸੀਂ ਤਾਂ ਤੁਹਾਨੂੰ ਆਮ ਆਦਮੀ ਪਾਰਟੀ ਦੇ ਲਈ ਭਗਵੰਤ ਮਾਨ ਸੀਐਮ ਦਾ ਚਿਹਰਾ ਹੋ ਸਕਦੇ ਨੇ ਦੇਖੋ ਇਹ ਪਾਰਟੀ ਦਾ ਫੈਸਲਾ ਜੀ ਪਾਰਟੀ ਨੇ ਸੀਐਮ ਦੇ ਚਿਹਰੇ ਦਾ ਫੈਸਲਾ ਲੈਣਾ ਹੈ ਤੇ ਮੈਂ ਨਿਜੀ ਤੌਰ ਤੇ ਪਾਰਟੀ ਦਾ ਜੋ ਵੀ ਫੈਸਲਾ ਹੋਊਗਾ ਦਾ ਸਵਾਗਤ ਕਰੂੰਗਾ ਹਾਂ ਪਰ ਮਾਨ ਸਾਹਿਬ ਬੁਰੇ ਸਮਿਆਂ 'ਚ ਪਾਰਟੀ ਨੂੰ ਉਹਨਾਂ ਨੇ ਸੰਭਾਲ ਕੇ ਰੱਖਿਆ ਪਾਰਟੀ ਉਹਨਾਂ ਨੇ ਖੜੀ ਵੀ ਉਹਨਾਂ ਨੇ ਕੀਤੀ ਚਲਾਉਂਦੇ ਰਹੇ ਨੇ ਜੇ ਉਹ ਮੁੱਖ ਮੰਤਰੀ ਦਾ ਚਿਹਰਾ ਹੋਣਗੇ ਤਾਂ ਮੈਨੂੰ ਨਿਜੀ ਤੌਰ ਤੇ ਬਹੁਤ ਖੁਸ਼ੀ ਹੋਵੇਗੀ ਭਗਵੰਤ ਮਾਨ ਤੋਂ ਇਲਾਵਾ ਕੋਈ ਤਾਂ ਦਿਖਦਾ ਹੈ ਲੀਡਰਸ਼ਿਪ ਦੇ ਵਿੱਚ ਉੱਪਰਲੀ ਲੀਡਰਸ਼ਿਪ ਦੇ ਵਿੱਚ ਕੋਈ ਹੋਰ ਚਿਹਰੇ ਹੋ ਸਕਦੇ ਨੇ ਇਹ ਇਹ ਪਾਰਟੀ ਦੀ ਟੌਪ ਲੀਡਰਸ਼ਿਪ ਦੇ ਫੈਸਲੇ ਨਹੀਂ ਜੀ ਮੇਰਾ ਖੁਦ ਦਾ ਫੈਸਲਾ ਨਹੀਂ ਮੈਂ ਤੁਸੀਂ ਮਾਨ ਸਾਹਿਬ ਬਾਰੇ ਪੁੱਛਿਆ ਤਾਂ ਮੈਂ ਦੱਸਦਾ ਤੁਸੀਂ ਪੰਜਾਜਤੋਂ ਦਿੱਲੀ ਦੇ ਇੱਕ ਜਾ ਕੇ ਗੱਲ ਹੋਏਗੀ ਉਦੋਂ ਤੁਹਾਨੂੰ ਵੀ ਪੁੱਛਿਆ ਜਾਏਗਾ ਕਿਉਂਕਿ ਤੁਸੀਂ ਪਿੰਡਾਂ ਦੇ ਵਿੱਚ ਲੋਕਾਂ ਦੀ ਨਬਜ਼ ਜਾਣਦੇ ਹੋ ਪਿੰਡਾਂ ਦੇ ਵਿੱਚ ਜਾ ਕੇ ਟੋ ਟੋਕੇ ਦੇਖਦੇ ਹੋ ਕਿ ਪਾਪਾਪ ਕੇ ਦੇਖਦੇ ਹੋ ਵੀ ਕਿੰਨਾ ਕੁ ਕਰੰਟ ਹੈਗਾ ਇਸ ਵੇਲੇ ਕਿੰਨਾ ਕੁ ਲੋਕਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਲੈ ਕੇ ਜਾਂ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਵੀ ਲੋਕਾਂ ਦੀ ਸੋਚ ਨਹੀਂ ਕੀਤੀ ਹੈ ਤੁਸੀਂ ਸਾਰੀ ਰਿਪੋਰਟਾਂ ਦਿੰਦੇ ਹੋਣਗੇ ਤਾਂ ਤੁਹਾਡੀ ਕੀ ਰਿਪੋਰਟ ਹੋਏਗੀ ਜਦੋਂ ਜਾ ਕੇ ਪੁੱਛਿਆ ਜਾਏਗਾ ਕਿ ਕਿਸ ਤਰੀਕੇ ਦੇ ਨਾਲ ਕਿੰਨੇ ਚਿਹਰਾ ਬਣਾ ਕੇ ਅੱ ਦੇਖੋ ਜੀ ਪਾਰਟੀ ਦੇ ਇੰਟਰਨਲ ਮੈਟਰਸ ਨੇ ਮੈਂ ਇਹਦੇ ਬਾਰੇ ਚਰਚਾ ਕਰਦਾ ਮੈਨੂੰ ਸ਼ੋਭਾ ਨਹੀਂ ਦਿੰਦਾ ਹੈ ਰਿਪੋਰਟਰ ਸਾਹਿਬੀ ਪਾਰਟੀ ਕੋਲ ਹੈਗੀ ਨਹੀਂ ਤੇ ਪਾਰਟੀ 100% ਪੰਜਾਬ ਦੇ ਕਿਸੇ ਚਿਹਰੇ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨ ਕਰੂ ਕਦੋਂ ਲਾਣੇਗੀ ਜਦੋਂ ਵੀ ਅਸੀਂ ਗੱਲਬਾਤ ਕਰਦੇ ਆ ਕਹਿੰਦੇ ਐਲਾਨੇਗੀ ਐਲਾਨੇਗੀ ਇਲੈਕਸ਼ਨ ਤੋਂ ਪਹਿਲਾਂ ਪਰ 6 ਮਹੀਨੇ ਰਹਿ ਗਏ ਤੁਹਾਨੂੰ ਲੱਗਦਾ ਹੈ ਕਿ ਇਹ ਫੇਰ ਨਾ ਗਲਤੀ ਰਹਿ ਜਾਵੇ ਕਿ ਅਸੀਂ ਬਹੁਤ ਦੇਰ ਹੀ ਨਾ ਕਰ ਜਾਈਏ ਜੇ ਜਲਦੀ ਤੋਂ ਜਲਦੀ ਅਨਾਉਂਸ ਕਰ ਦੇਣਾ ਚਾਹੀਦਾ ਹਾਲੇ ਕਿਸੇ ਪਾਰਟੀ ਦਾ ਵੀ ਨਹੀਂ ਹੋਇਆ ਜੀ ਕਾਂਗਰਸ ਦਾ ਹੋ ਗਿਆ ਜੀ ਅਕਾਲੀ ਦਲ ਦਾ ਹੋ ਗਿਆ ਉਹਨਾਂ ਦੇ ਵੀ ਸਾਲ ਨੇ ਸੁਨੀਲ ਜਾਖੜ ਨੇ ਕਰ ਦਿੱਤਾ ਕਿ ਸਾਡੇ ਸੀਐਮ ਦੇ ਜੀ ਕੈਪਟਨ ਸਾਹਿਬ ਹੋਣਗੇ ਸ਼੍ਰੋਮਣੀ ਅਕਾਲੀ ਦਲ ਤੋਂ ਤਾਂ ਕਲੀਅਰ ਇਹ ਨੇ ਜੀ ਕਾਂਗਰਸ ਦਾ ਜਿਹੜਾ ਮੁੱਖ ਮੰਤਰੀ ਦਾ ਚਿਹਰਾ ਉਹਨਾਂ ਦੀ ਕੇਂਦਰੀ ਲੀਡਰਸ਼ਿਪ ਅਨਾਉਂਸ ਕਰਦੀ ਹੈ ਸੁਨੀਲ ਜਾਖੜ ਜੀ ਕੋਲ ਸਹਿਤ ਅਧਿਕਾਰ ਨਹੀਂ ਹੈਗੇ ਅਕਾਲੀ ਦਲ ਚ ਵੀ ਹਾਲੇ ਢੀਂਸਾ ਗਰੁੱਪ ਉਪਰੋਂ ਅਲੱਗ ਤੋਂ ਚੱਲ ਰਿਹਾ ਹੈ ਉਹ ਵੀ ਆਪਣੇ ਆਪ ਚ ਤਾਵੇਦਾਰ ਨੇ ਹਾਲੇ ਹਾਲੇ ਸਾਰੀਆਂ ਪਾਰਟੀਆਂ ਦਾ ਇਹ ਮੁੱਖ ਮੰਤਰੀ ਦੇ ਚਿਹਰੇ ਵਾਲੀ ਜਿਹੜੀ ਆਪਸ਼ਨ ਹੈ ਓਪਨ ਹੈ ਸਾਡੀ ਵੀ ਸਮੇਂ ਸਿਰ ਪਾਰਟੀ ਅਨਾਉਂਸ ਕਰਦੀ ਢੀਂਸਾ ਤੜੇ ਜਾਂ ਬ੍ਰਾਂਪੁਰਾ ਸਾਹਿਬ ਦੀ ਗੱਲਬਾਤ ਕਰੀ ਤਾਂ ਮੈਂ ਉਹਨਾਂ ਨਾਲ ਇੰਟਰਵਿਊ ਕੀਤਾ ਸੀ ਬ੍ਰਾਂਪੁਰਾ ਸਾਹਿਬ ਕਹਿੰਦੇ ਕਿ ਆਮ ਆਦਮੀ ਪਾਰਟੀ ਵਾਲੇ ਸਾਡੇ ਹਮਖਿਆਲੀ ਨੇ ਪਰ ਪਿਛਲੇ ਦਿਨਾਂ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਜਦੋਂ ਸਵਾਲ ਕੀਤਾ ਗਿਆ ਰਗਬ ਛੱਡਾ ਜੀ ਨੂੰ ਤਾਂ ਉਹ ਕਹਿੰਦੇ ਨੇ ਕਿ ਸਾਡੀ ਪਾਰਟੀ ਇੰਡੀਵਿਜੂਅਲ ਲੜੇਗੀ ਸਾਡੇ ਕਿਸੇ ਨਾਲ ਐਲਾਈਅੰਸ ਨਹੀਂ ਹੋਏਗਾ ਤਾਂ ਉਹ ਕਹਿੰਦੇ ਨੇ ਹਮਖਿਆਲੀ ਨੇ ਤੁਸੀਂ ਕਹਿੰਦੇ ਹੋ ਨਹੀਂ ਜੀ ਇੰਡੀਵਿਜੂਅਲ ਜਾਵਾਂਗੇ ਅਸੀਂ 2022 ਦੇ ਲਈ ਤਾਂ ਫਿਰ ਕੀ ਤਿਆਰੀ ਹੈ ਕਿ ਕੋਈ ਗੱਠਜੋੜ ਹੋ ਸਕਦਾ ਹੈ ਉਹਨਾਂ ਦੇ ਨਾਲ ਜਦੋਂ ਹਮਖਿਆਲੀ ਨੇ ਤਾਂ ਵੱਖ-ਵੱਖ-ਵੱਖਰੀਆਂ ਪਾਰਟੀਆਂ ਦੀ ਲੋੜ ਨਹੀਂ ਹੁੰਦੀ ਕੁਝ ਢੰਡੇ ਦੇ ਹੇਠ ਜਿਹੜਾ ਇੱਕ ਇਲੈਕਸ਼ਨ ਦਾ ਸਿੰਬਲ ਸਾਰੇ ਪੰਜਾਬ ਦੇ ਕੱਲੇ-ਕੱਲੇ ਬੱਚੇ ਨੂੰ ਪਤਾ ਹੈ ਉਸ ਇਲੈਕਸ਼ਨ ਸਿੰਬਲ ਤੇ ਲੜਨ ਦੇ ਵਿੱਚ ਮੈਨੂੰ ਲੱਗਦਾ ਕਿਸੇ ਨੂੰ ਕੋਈ ਦਿੱਕਤ ਨਹੀਂ ਆਉਣੀ ਚਾਹੀਦੀ ਕੋਸ਼ਿਸ਼ ਰਹੇਗੀ ਕਿ ਵੱਤ ਤੋਂ ਵੱਤ ਜਿਹੜੇ ਪੰਜਾਬ ਦੇ ਸ਼ੁਭਚਿੰਤਕ ਲੀਡਰ ਨੇ ਜਿਨ੍ਹਾਂ ਨੂੰ ਲੋਕ ਪਸੰਦ ਕਰਦੇ ਨੇ ਆਮ ਆਦਮੀ ਪਾਰਟੀ ਦੇ ਝੰਡੇ ਹਟਾਉਣਗੇ ਜੇ ਉਹ ਆਪਣਾ ਝੰਡਾ ਛੱਡ ਕੇ ਤੁਹਾਡੇ ਝੰਡੇ ਥੱਲੇ ਆਂਦੇ ਨੇ ਤਾਂ ਸਵਾਗਤ ਹੈ ਨਹੀਂ ਮਤਲਬ ਲਾਇਸ ਨਹੀਂ ਹੋ ਸਕਦਾ ਇਹ ਫੈਸਲਾ ਵੀ ਪਾਰਟੀ ਦੀ ਲੀਡਰਸ਼ਿਪ ਦਾ ਹਾਲੇ ਕਹਿਣਾ ਮੁਸ਼ਕਿਲ ਹੈ ਜੀ ਤਾਂ ਤੁਹਾਨੂੰ ਕੀ ਲੱਗਦਾ ਕਿ ਜੇ ਆਪਾਂ ਹਲਕਾ ਮਲੋਹ ਦੀ ਗੱਲ ਕਰੀਏ ਹਲਕੀ ਦੀ ਗੱਲ ਕਰੀਏ ਤਾਂ ਤੁਹਾਨੂੰ ਲੱਗਦਾ ਕਿ ਜੇ ਆਪਾਂ ਮੰਨ ਲਓ ਤੁਹਾਡੀ ਸਰਕਾਰ ਅਸਤੇ ਕਹਿੰਦੇ ਵੀ ਤੁਹਾਡੀ ਸਰਕਾਰ ਬਣੇ ਜੇ ਤੁਹਾਡੀ ਸਰਕਾਰ ਨਹੀਂ ਬਣਦੀ ਤਾਂ ਇਹੋ ਜਿਹੇ ਕਿਹੜੇ ਤਿੰਨ ਕੰਮ ਹੋਣਗੇ ਜਿਹੜੇ ਤੁਸੀਂ ਸਭ ਤੋਂ ਪਹਿਲੇ ਦੇ ਆਧਾਰ ਤੇ ਕਰੋਗੇ ਹਲਕਾ ਅਮਲੋ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਸਿਹਤ ਸੁਵਿਧਾਵਾਂ ਦਾ ਬਹੁਤ ਵੱਡਾ ਮੈਟਰ ਹੈ ਕੋਈ ਵੀ ਬੰਦਾ ਗੰਭੀਰ ਨਹੀਂ ਕੋਈ ਆਮ ਬਿਮਾਰੀ ਵੀ ਉਹਨੂੰ ਹੋ ਜੇ ਤਾਂ ਜਿਹੜਾ ਗਰੀਬ ਆ ਉਹਨੂੰ ਪਟਿਆਲੇ ਰੇਂਦਰ ਹਸਪੀਟਲ ਚ ਆਉਣਾ ਪੈਂਦਾ ਤੇ ਜਿਹੜਾ ਅਮੀਰ ਆ ਮਹਾਲੀ ਤੇ ਲੁਧਿਆਣੇ ਜਾਂਦਾ ਹਲਕਾ ਮਲੋਹ ਦੇ ਵਿੱਚ ਸਿਹਤ ਸਹੂਲਤਾਂ ਦਾ ਕੋਈ ਉਹ ਨਹੀਂ ਹੈ ਪ੍ਰਬੰਧ ਨਹੀਂ ਹੈ ਇੱਕ ਦੋ ਹਸਪੀਟਲ ਹੈਗੇ ਨੇ ਉਹਨਾਂ ਦੇ ਵਿੱਚ ਸੁਧਾਰ ਦੀ ਲੋੜ ਹੈ ਪਹਿਲਾਂ ਸਭ ਤੋਂ ਪਹਿਲਾਂ ਤਾਂ ਪਹਿਲ ਦੇ ਆਧਾਰ ਤੇ ਇਹ ਇਹ ਮਸਲਾ ਕੀਤਾ ਜਾਊਗਾ ਦੂਸਰਾ ਹਲਕਾ ਮਲੋ ਦੇ ਵਿੱਚ ਇੱਕ ਰੇਲਵੇ ਲਾਈਨ ਦੇ ਉੱਤੇ ਫਲਾਈਓਵਰ ਦਾ ਇਸ਼ੂ ਪੈਂਡਿੰਗ ਹੈ ਉਹਦੇ ਕਰਕੇ ਬਹੁਤ ਸਾਰੇ ਪਿੰਡ ਨੇ ਜਿਹੜੇ ਉਹ ਟੁੱਟੇ ਹੋਏ ਨੇ ਮੇਨ ਹਲਕੀ ਤੋਂ ਸ਼ਹਿਰ ਤੋਂ ਬਹੁਤ ਲੰਬੇ ਚਿਰ ਦੀ ਹਲਕੀ ਦੀ ਡਿਮਾਂਡ ਹੈ ਉਹ ਪੈਂਡਿੰਗ ਚੱਲ ਰਿਹਾ ਹੈ ਇਸ਼ੂ ਉਹ ਵੀ ਜਲਦ ਸੋਲਵ ਕਰਵਾਉਣ ਦੀ ਕੋਸ਼ਿਸ਼ ਹੋਊਗੀ ਤੇ ਤੀਸਰਾ ਹਲਕਾ ਮਲੋ ਦੇ ਵਿੱਚ ਮੰਡੀ ਗਵਿੰਦਗੜ੍ਹ ਹੈ ਜਿਹਨੂੰ ਲੋਹੇ ਦੀ ਮੰਡੀ ਕਿਹਾ ਜਾਂਦਾ ਹੈ ਉਹਨਾਂ ਨੂੰ ਮਹਕਮਿਆਂ ਵੱਲੋਂ ਰੇਡਾਂ ਬਿਜਲੀ ਦੀਆਂ 50 ਤਰੀਕੇ ਦੀਆਂ ਦਿੱਕਤਾਂਵਾਂ ਆਉਂਦੀਆਂ ਨੇ ਉਹ ਸਾਰੀਆਂ ਦਿੱਕਤਾਂਵਾਂ ਦੂਰ ਕੀਤੀਆਂ ਜਾਣਗੀਆਂ ਚੋਣ ਮੈਨੀਫੈਸਟੋ ਦੇ ਵਿੱਚ ਆਮ ਆਦਮੀ ਪਾਰਟੀ ਇਸ ਵੇਲੇ ਕੀ ਧਿਆਨ ਰੱਖੇਗੀ ਕਿਉਂਕਿ ਜਦੋਂ ਆਪਾਂ ਦੇਖਦੇ ਆ 2017 ਦੇ ਵਿੱਚ ਕੈਪਟਨ ਸਾਹਿਬ ਨੇ ਬਹੁਤ ਵਾਅਦੇ ਕੀਤੇ ਚੋਣ ਮੈਨੀਫੈਸਟੋ ਲੈ ਕੇ ਉਹ ਲੋਕਾਂ ਨੂੰ ਯਕੀਨ じゃ ਨਹੀਂ ਰਿਹਾ ਆਮ ਆਦਮੀ ਪਾਰਟੀ ਦਾ ਜਦੋਂ ਚੋਣ ਮੈਨੀਫੈਸਟੋ ਬਣੇਗਾ ਤਾਂ ਲੋਕਾਂ ਨੂੰ ਯਕੀਨ ਕਿੱਦਾਂ ਬਜਾਓਗੇ ਵੀ ਉਹ ਯਕੀਨ ਤੁਹਾਡੇ ਦੇ ਵਿੱਚ ਚੋਣ ਮੈਨੀਫੈਸਟੋ ਦੇ ਵਿੱਚ ਯਕੀਨ ਕਿੱਦਾਂ ਕਰਨਗੇ 2017 ਜਦੋਂ ਅਸੀਂ ਆਮ ਆਦਮੀ ਪਾਰਟੀ ਦਾ ਇਲੈਕਸ਼ਨ ਮੈਨੀਫੈਸਟੋ ਡਰਾਫਟ ਕੀਤਾ ਸੀਗਾ ਤਾਂ ਉਦੋਂ ਅਰਵਿੰਦ ਕੇਜਰੀਵਾਲ ਜੀ ਨੇ ਸਾਨੂੰ ਹਦਾਇਤ ਕੀਤੀ ਸੀਗੀ ਕਿ ਬੰਦ ਕਮਰਿਆਂ ਦੇ ਵਿੱਚ ਬੈਠ ਕੇ ਮੈਨੀਫੈਸਟੋ ਨਹੀਂ ਲਿਖਣਾ ਹੈਗਾ ਏਸੀ ਕਮਰੇਾਂ 'ਚ ਬੈਠ ਕੇ ਨਹੀਂ ਲਿਖਣਾ ਤੁਸੀਂ ਗਰਾਊਂਡ 'ਤੇ ਜਾ ਕੇ ਖੁਦ ਰਿਸਰਚ ਕਰੋ ਤੇ ਜਿਹੜੇ ਵੀ ਵਾਅਦੇ ਕਰੋ ਉਹਦੇ ਵਾਸਤੇ ਕਾਸਟ ਕੈਲਕੂਲੇਸ਼ਨ ਵੀ ਕਰੋ ਕਿ ਵਾਅਦੇ ਪੂਰੇ ਕਰਨ ਵਾਸਤੇ ਖਰਚਾ ਕਿੰਨਾ ਆਊਗਾ ਤੇ ਉਹ ਖਰਚੇ ਵਾਸਤੇ ਜਿਹੜਾ ਫੰਡ ਹੈ ਉਹ ਜਨਰੇਟ ਕਿੱਥੋਂ ਹੋਊਗਾ ਤਾਂ ਅਸੀਂ 120 ਵਾਅਦੇ ਉਦੋਂ ਕੀਤੇ ਸੀਗੇ ਤੇ ਸਾਰੀ ਪਲੈਨਿੰਗ ਦੇ ਨਾਲ ਕੀਤੀ ਸੀ ਜੇ ਕਿਤੇ ਸਾਡੀ ਸਰਕਾਰ ਆਉਂਦੀ ਤਾਂ ਅਸੀਂ ਦੇ ਪੰਜਾਬ ਦੀ ਜਿਹੜੀ ਸਰਕਾਰ ਹੈ ਉਹਦੇ ਕੋਲ ਜਿੰਨੀਆਂ ਪਾਵਰਾਂ ਨੇ ਜਿੰਨੀਆਂ ਉਹਦੇ ਕੋਲ ਰਿਸੋਰਸਸ ਨੇ ਉਹਦੇ ਨਾਲ ਉਹ 120 ਵਾਦੇ ਪੂਰੇ ਹੋ ਸਕਦੇ ਸੀ ਰਹਿਣਾ ਹੁੰਦਾ ਸਾਡੇ ਕੋਲ ਦਿੱਲੀ ਦਾ ਮਾਡਲ ਹੈ ਦਿੱਲੀ ਚ 2015 ਚ ਜਦ ਸਾਡੀ ਦੂਸਰੀ ਵਾਰ ਸਰਕਾਰ ਆਈ ਸੀ ਤਾਂ ਉਦੋਂ ਅਸੀਂ 70 ਵਾਦੇ ਦਿੱਲੀ ਚ ਕੀਤੇ ਸੀ ਅਸੀਂ ਡਿਲੀਵਰ ਕਰਕੇ ਦਿਖਾਇਆ 70 ਦੇ 70 ਵਾਦੇ ਪੂਰੇ ਕੀਤੇ ਨੇ ਅਰਵਿੰਦ ਕੇਜਰੀਵਾਲ ਇਕਲੌਤੇ ਇਹ ਜਿਹੇ ਸਿਆਸਤਦਾਨ ਨੇ ਕੁੱਲ ਇਤਿਹਾਸ ਜਿਹੜੇ ਕੋਈ ਇਲੈਕਸ਼ਨ ਇਹ ਕਿ ਕਿ ਲੜੇ ਨੇ ਵੀ ਜੇ ਮੈਂ ਕੰਮ ਕੀਤਾ ਤਾਂ ਵੋਟਾਂ ਪਾ ਦਿਓ ਵਰਨਾ ਨਾ ਪਾਇਓ ਦਿੱਲੀ ਦੇ ਲੋਕਾਂ ਨੇ ਫੇਰ ਵੀ 70 ਚੋਂ 62 ਸੀਟਾਂ ਦਿੱਤੀਆਂ ਨੇ ਮਤਲਬ 70 ਵਾਦੇ ਪੂਰੇ ਹੋਏ ਨੇ ਅਸੀਂ ਵੀ ਜਿਹੜਾ ਮੈਨੀਫੈਸਟੋ ਜਾਰੀ 2017 ਚ ਵੀ ਕੀਤੇ ਜਿਹੜਾ ਹੁਣ 22 ਚ ਵੀ ਕਰਾਂਗੇ ਉਹ ਉਨੇ ਹੀ ਵਾਦੇ ਹੀ ਕਰਾਂਗੇ ਜਿਹੜੇ ਅਸੀਂ ਪੂਰੇ ਕਰ ਸਕਦੇ ਆਂ ਤੇ 100% ਡਿਲੀਵਰ ਕਰਾਂਗੇ ਇੱਕ 20 ਲੱਖ ਨੌਕਰੀਆਂ ਦੇਣ ਦਾ ਵਾਅਦਾ ਵੀ ਹੋਇਆ ਸੀ ਉਸ ਚੋਣ ਮੈਨੀਫੈਸਟੋ ਦੇ ਵਿੱਚ ਕੇਜਰੀਵਾਲ ਸਾਹਿਬ ਜਦੋਂ ਮੌਕੇ ਦੇ ਵਿੱਚ ਬਾਗਾ ਪੁਰਾਣਾ ਦੇ ਵਿੱਚ ਆਉਂਦੇ ਨੇ ਤਾਂ ਵੀ ਉਹ ਜ਼ਿਕਰ ਕਰਦੇ ਨੇ ਕਿ 20 ਲੱਖ ਨੌਕਰੀਆਂ ਦਵਾਂਗੇ ਤਾਂ ਪੰਜਾਬ ਆ ਨੌਕਰੀਆਂ ਸਿਰਫ ਸਰਕਾਰੀ ਨੌਕਰੀਆਂ ਨਹੀਂ ਹੁੰਦੀਆਂ ਨੌਕਰੀਆਂ ਸਵੈ ਰੋਜਗਾਰ ਦੇ ਵਿੱਚ ਵੀ ਨੌਕਰੀਆਂ ਹੁੰਦੀਆਂ ਨੇ ਕੈਪਟਨ ਸਾਹਿਬ ਵੀ ਦੇ ਰਹੇ ਨੇ ਹੁਣ ਜਦੋਂ ਕੋਈ ਇੰਡਸਟਰੀ ਹੁੰਦੀ ਹੈ ਜਦੋਂ ਕੋਈ ਫੈਕਟਰੀ ਦੇ ਵਿੱਚ ਜਿਹੜੇ ਭਰਤੀ ਕੀਤੇ ਜਾਂਦੇ ਨੇ ਨੌਜਵਾਨ ਉਹਨਾਂ ਦੀ ਵੀ ਕਹਿ ਦਿੰਦੇ ਨੇ ਕਿ ਉਹ ਮਤਲਬ ਉਹਨਾਂ ਨੂੰ ਵੀ ਇਸ ਨੌਕਰੀ ਦਿੱਤੀ ਤਾਂ ਆਵਾ ਦੇ ਵੀ ਪਾਰਟੀ ਉਹਨੂੰ ਵੀ ਨੌਕਰੀ ਕਿੰਦੀ ਹੈ ਕੈਪਟਨ ਸਰਕਾਰ ਦੇ ਰਾਜ ਦੇ ਵਿੱਚ ਨੌਕਰੀਆਂ ਆਈਆਂ ਹੀ ਨਹੀਂ ਨੌਕਰੀਆਂ ਕੱਟਿਆ ਨੇ ਉਹ ਤਾਂ ਸਰਕਾਰੀ ਜਿਹੜੀਆਂ ਅਸਾਮੀਆਂ ਨੇ ਉਹ ਵੀ ਖਤਮ ਕਰਕੇ ਨਵੇਂ ਸਿਰਿਓਂ ਅਸੀਂ ਇਹ ਨੌਕਰੀਆਂ ਖਤਮ ਕਰਕੇ ਨਵੇਂ ਸਿਰਿਓਂ 2000 ਕੱਢ ਕੇ ਕਹਿੰਦੇ ਨੇ ਕਿ ਨੌਕਰੀਆਂ ਕਰਤੀਆਂ ਸਰ ਕੈਪਟਨ ਸਰਕਾਰ ਦੇ ਰਾਜ ਦੇ ਵਿੱਚ ਨੌਕਰੀਆਂ ਆਈਆਂ ਨਹੀਂ ਲੁਕੀਆਂ ਦੀਆਂ ਗਈਆਂ ਨੇ ਨੌਕਰੀਆਂ ਪੈਦਾ ਕਰਨ ਵਾਸਤੇ ਜਿਹੜੇ ਪੰਜਾਬ ਸਰਕਾਰ ਦੇ ਇਨਕਮ ਦੇ ਸਾਧਨ ਨੇ ਉਹਨਾਂ ਨੂੰ ਮਾਫੀਆ ਦੇ ਵਿੱਚੋਂ ਕੱਢ ਕੇ ਪੰਜਾਬ ਸਰਕਾਰ ਦੇ ਹੇਠ ਲੈ ਕੇ ਆਉਣਾ ਪਊਗਾ ਉਹਦੇ ਨਾਲ ਪੰਜਾਬ ਦੇ ਵਿੱਚ ਰੈਵਨਿਊ ਜਨਰੇਟ ਹੋਊਗਾ ਉਸ ਰੈਵਨਿਊ ਦੇ ਨਾਲ ਪੰਜਾਬ ਦੇ ਵਿੱਚ ਨਵੀਆਂ ਨੌਕਰੀਆਂ ਦਾ ਛਿਲਾ ਕੀਤਾ ਜਾਊਗਾ ਇਹ ਲੱਗਦਾ ਕਿ ਮਾਫੀਆ ਤੋੜਨਾ ਉਸ ਜਿਹੜਾ ਐਨੈਕਸਸ ਨੇ ਉਹਨੂੰ ਤੋੜਨਾ ਇਨਾ ਸੌਖਾ ਹੈਗਾ ਆ ਇਹ ਤਾਂ ਬਹੁਤ ਸਿੰਪਲ ਹੈ ਜੀ ਜਿਹੜਾ ਲੀਡਰ ਐਟ ਦੀ ਟਾਪ ਹੈ ਜਿਹੜਾ ਟਾਪ ਦਾ ਲੀਡਰ ਹੈ ਉਹਦੀ ਇੰਟੈਂਸ਼ਨ ਸਹੀ ਚੇਰੀਆਂ ਨੇ ਜੇ ਲੀਡਰ ਟਾਪ ਤੇ ਜਿਹੜਾ ਬੈਠਾ ਉਹ ਇਮਾਨਦਾਰ ਹੈ ਤੇ ਉਹ ਇਮਾਨਦਾਰੀ ਦੇ ਨਾਲ ਆਪਣਾ ਕੰਮ ਕਰ ਰਿਹਾ ਤੇ ਮਾਫੀਆ ਚੱਲ ਹੀ ਨਹੀਂ ਸਕਦਾ ਦਿੱਲੀ ਦੇ ਵਿੱਚ ਸਾਰੇ ਦੇ ਸਾਰੇ ਪਾਣੀ ਤੱਕ ਦਾ ਮਾਫੀਆ ਸੀ ਸਾਰੇ ਦੇ ਸਾਰੇ ਮਾਫੀਏ 5 70 ਸਾਲਾਂ ਚ ਖਤਮ ਹੋ ਗਏ ਪੰਜਾਬ ਦੇ ਵਿੱਚ ਵੀ ਜਿਹੜੇ ਮਾਫੀਏ ਨੇ ਇਹਨਾਂ ਨੂੰ ਅਕਾਲੀ ਤੇ ਕਾਂਗਰਸ ਦੇ ਜਿਹੜੇ ਟਾਪ ਦੇ ਲੀਡਰ ਨੇ ਉਹਨਾਂ ਦੀ ਰਹਿਨਮਾਈ ਦੇ ਵਿੱਚ ਚਲਾਏ ਜਾ ਰਹੇ ਨੇ ਜੇ ਟਾਪ ਦੀ ਲੀਡਰਸ਼ਿਪ ਦਾ ਮਾਫੀਆ ਦੇ ਉੱਪਰ ਕੋਈ ਹੱਥ ਹੀ ਨਹੀਂ ਹੈ ਤਾਂ ਮਾਫੀਆ ਕਰੀ ਜਿੱਤੇ ਪੱਕੇ ਕਿਸਾਨਾਂ ਦੀ ਗੱਲ ਕਰੀਏ ਤਾਂ ਕਿਸਾਨ ਵੀ ਇਸ ਵੇਲੇ ਬਹੁਤ ਵੱਡਾ ਮੁੱਦਾ ਛੇੜ ਕੇ ਅੰਦੋਲਨ ਛੇੜ ਕੇ ਬੈਠੇ ਨੇ ਤਾਂ ਉਹਨਾਂ ਲਈ ਆਮ ਆਦਮੀ ਪਾਰਟੀ ਉਹਨਾਂ ਨੂੰ ਖੁਸ਼ ਕਰਨ ਦੇ ਲਈ ਕਿਸਾਨਾਂ ਦੇ ਲਈ ਕੀ ਐਤਕੀ ਤਿਆਰੀ ਕੀਤੀ ਚੱਲ ਲੈ ਕੇ ਚੱਲੇਗੀ ਉਹਨਾਂ ਦੇ ਕੀ ਮੁੱਦੇ ਹੋਣਗੇ ਚੋਣ ਮੈਨੀਫੈਸਟੋ ਦੇ ਵਿੱਚ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਮੁੱਦੇ ਤਾਂ ਹੋਣੇ ਚਾਹੀਦੇ ਨੇ ਕਿਸਾਨਾਂ ਦੇ ਜਿਹੜੇ ਬਾਕੀ ਸਰਕਾਰਾਂ ਵੀ ਵਾਅਦੇ ਕਰਦੀ ਰਹੀਆਂ ਨੇ ਤੇ ਤੁਹਾਨੂੰ ਲੱਗਦਾ ਹੈ ਕਿ ਇਹ ਵਾਅਦੇ ਪੂਰੇ ਹੋਣੇ ਚਾਹੀਦੇ ਨੇ ਅ ਦੇਖੋ ਜਿਹੜਾ ਪੰਜਾਬ ਦਾ ਰਵਾਇਤੀ ਮੰਡੀ ਸਿਸਟਮ ਹੈ ਉਹ ਬਹੁਤ ਚੰਗੇ ਤਰੀਕੇ ਨਾਲ ਪੰਜਾਬ ਦੇ ਵਿੱਚ ਚੱਲ ਰਿਹਾ ਸੀ ਉਹਦੇ ਨਾਲ ਚਲੋ ਪੰਜਾਬ ਦੀ ਕਿਸਾਨੀ ਨੂੰ ਦਿੱਕਤਾਂ ਵੀ ਕਈ ਨੇ ਪਰ ਉਹ ਜਿਹੜੀ ਇੱਕ ਮੰਡੀ ਸਿਸਟਮ ਚੱਲ ਰਿਹਾ ਸੀ ਉਹ ਮੰਡੀ ਸਿਸਟਮ ਬਾਖੂਬੀ ਚੱਲ ਰਿਹਾ ਸੀਗਾ ਸਾਡੀ ਕੋਸ਼ਿਸ਼ ਹੋਊਗੀ ਕਿ ਜਿਹੜਾ ਉਹ ਮੰਡੀ ਸਿਸਟਮ ਆ ਉਹਨੂੰ ਬਹਾਲ ਕੀਤਾ ਜਾਵੇ ਉਹ ਚ ਜਿਹੜੇ ਸੁਧਾਰ ਕਰਨ ਦੀ ਲੋੜ ਹੈ ਸੁਧਾਰ ਜ਼ਰੂਰ ਹੋਣ ਪਰ ਜਿਹੜਾ ਮੰਡੀਕਰਨ ਦਾ ਸਿਸਟਮ ਹੈ ਉਹਨੂੰ ਉਸੇ ਤਰੀਕੇ ਨਾਲ ਚਲਾਇਆ ਜਾਵੇ ਜਿਸ ਤਰੀਕੇ ਨਾਲ ਪਿਛਲੇ 70 80 ਸਾਲ ਤੋਂ ਚੱਲ ਰਿਹਾ ਹੈ ਤੇ ਨੇ ਖੇਤੀ ਕਾਨੂੰਨਾਂ ਦੀ ਜਦ ਗੱਲਤੂਰਦੀ ਹੈ ਤਾਂ ਦਿੱਲੀ ਦੇ ਵਿੱਚ ਕੇਜਰੀਵਾਲ ਸਾਹਿਬ ਕਹਿੰਦੇ ਨੇ ਕਿ ਮੈਂ ਉੱਥੋਂ ਓਪਨ ਜੇਲ ਆਣੀ ਮੈਂ ਪਹੁੰਚਤਾ ਕਰ ਦਿੱਤਾ ਹੋਰ ਵੀ ਜਿਹੜੀਆਂ ਉੱਥੇ ਸੇ ਸਵਾਮਾਂ ਦੀ ਲੋੜਾਂ ਮੈਂ ਉੱਥੇ ਕਰ ਰਿਆਂਗਾ ਪਰ ਵਿਰੋਧੀ ਇਹ ਗੱਲ ਕਹਿੰਦੇ ਨੇ ਕਿ ਇੱਕ ਕਾਨੂੰਨ ਦੇ ਉੱਤੇ ਇਹਨਾਂ ਕਾਨੂੰਨ ਦੇ ਉੱਤੇ ਸਾਈਨ ਵੀ ਉਹਨਾਂ ਦੇ ਹੋਏ ਨੇ ਹੋਰ ਵੀ ਉਹਨਾਂ ਨੇ ਲਾ ਦਿੱਤੀ ਹੈ ਇੱਕ ਪਾਸੇ ਤਾਂ ਉਹ ਕਹਿੰਦੇ ਨੇ ਕਿਸਾਨਾਂ ਦੇ ਨਾਲ ਆ ਦੂਜੇ ਪਾਸੇ ਉਹ ਖੇਤੀ ਕਰਨ ਉਹਨਾਂ ਨੇ ਸੈਪਟ ਵੀ ਕਰੀ ਜਾਂਦੇ ਨੇ ਤਾਂ ਇਹਦੇ ਬਾਰੇ ਕੀ ਕਹੋਂਗੇ ਫਿਰ ਇਹ ਦੇਖੋ ਜੀ ਇਹ ਜਿਹੜੀਆਂ ਰਵਾਇਤੀ ਪਾਰਟੀਆਂ ਨੇ ਉਹ ਭਰਾਮੋ ਫਲਾ ਰਹੀਆਂ ਨੇ ਪਹਿਲਾਂ ਤਾਂ ਜਿਹੜੇ ਕਾਨੂੰਨ ਬਣੇ ਨੇ ਉਹ ਕਾਨੂੰਨ ਬਣਨ ਵਾਸਤੇ ਜਿਹੜੀ ਡਰਾਫਟਿੰਗ ਕਮੇਟੀ ਬਣੀ ਸੀ ਉਹਦੇ ਉਹਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਨਵਿੰਦਰ ਸਿੰਘ ਉਹਦੇ ਮੈਂਬਰ ਸੀਗੇ ਉਹਨਾਂ ਦੇ ਉਹ ਡਰਾਫਟਿੰਗ ਕਮੇਟੀ ਦੇ ਮੈਂਬਰ ਸੀ ਮਤਲਬ ਉਸ ਕਮੇਟੀ ਨੇ ਉਹ ਕਾਨੂੰਨ ਲਿਖੇ ਨੇ ਫਿਰ ਜਿਹੜੀ ਦੂਸਰੀ ਪੰਜਾਬ ਦੀ ਮੁੱਖ ਰਵਾਇਤੀ ਪਾਰਟੀ ਆ ਅਕਾਲੀ ਦਲ ਉਹ ਸਰਕਾਰ ਦੇ ਵਿੱਚ ਸੀ ਕਿ ਕੈਬਨਿਟ ਦੇ ਨੇ ਜਦੋਂ ਆਰਡੀਨੈਂਸ ਪਾਸ ਕੀਤੇ ਨੇ ਉਦੋਂ ਉਹਨਾਂ ਨੇ ਕੈਬਨਰ ਦੇ ਵਿੱਚ ਬੀਬਾ ਹਰਸਿਮਰਿਤ ਕੌਰ ਬਾਦਲ ਨੇ ਉਹਦੇ ਹੱਕ 'ਚ ਬੋਲੇ ਨੇ ਤਾਂ ਹੀ ਇੱਕ ਉਹ ਪਾਸ ਹੋਏ ਨੇ ਅਦਰਵਾਈਜ਼ ਤਾਂ ਉਹਨਾਂ ਦਾ ਕੋਈ ਨਾ ਕੋਈ ਡਿਸੈਂਟ ਨੋਟ ਬਾਹਰ ਆਉਣਾ ਚਾਹੀਦਾ ਸੀਗਾ ਉਸ ਤੋਂ ਬਾਅਦ ਵੀ ਜਿੰਨੇ ਚਿਰ ਉਹ ਲਾਅ ਨਹੀਂ ਬਣੇ ਉਹਨਾਂ ਚਿਰ ਵੀ ਇਹ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਦੇ ਰਹੇ ਕਿ ਨਹੀਂ ਜੀ ਕਾਨੂੰਨ ਚੰਗੇ ਨੇ ਕਦੇ ਤੋਮਰ ਸਾਹਿਬ ਤੋਂ ਚਿੱਠੀ ਲਿਆਇਆ ਕਰੇ ਤੋਮਰ ਸਾਹਿਬ ਨੂੰ ਲਿਆਇਆ ਕਰੇ بڑے بڑے ਬਾਦਲ ਸਾਹਿਬ ਦੀ ਵੀਡੀਓ ਰਿਲੀਜ਼ ਕਰਵਾਈ ਕਿ ਮੈਨੂੰ ਸੁਖਵੀਰ ਹੁਣ ਇਹ ਦੋਨੋਂ ਪਾਰਟੀਆਂ ਇਹ ਕਾਨੂੰਨ ਲਿਆਉਣ ਦੇ ਵਿੱਚ ਸ਼ਾਮਲ ਨੇ ਇਹ ਪੰਜਾਬ ਦੇ ਕਿਸਾਨਾਂ ਦੇ ਦੋਖੀ ਨੇ ਇਹ ਕਿਸੇ ਨਾ ਕਿਸੇ ਤਰੀਕੇ ਆਮ ਆਦਮੀ ਪਾਰਟੀ ਤੇ ਕੋਈ ਨਾ ਕੋਈ ਦਾਗ ਲਾਉਣਾ ਚਾਹੁੰਦੇ ਨੇ ਰਿਐਲਿਟੀ ਇਹ ਹੈ ਕਿ ਜਿਹੜੇ ਕੇਂਦਰ ਦੇ ਕਾਨੂੰਨ ਨੇ ਉਹ ਕੇਂਦਰ ਦੇ ਕਾਨੂੰਨ ਨੇ ਜਿੱਦਣ ਕੇਂਦਰ ਨੇ ਉਹਨਾਂ ਨੂੰ ਪਾਸ ਕਰਤਾ ਉਹ ਆਟੋਮੈਟਿਕਲੀ ਸਾਰੀ ਦੁਨੀਆ ਦੇ ਸਾਰੇ ਦੇਸ਼ ਦੇ ਵਿੱਚ ਲਾਗੂ ਹੋ ਜਾਂਦੇ ਨੇ ਉਹਦੇ ਵਿੱਚ ਸੂਬਾ ਸਰਕਾਰਾਂ ਦਾ ਕੋਈ ਰੋਲ ਨਹੀਂ ਹੁੰਦਾ ਜਿਹੜੇ ਕੇਂਦਰ ਦੇ ਕਾਨੂੰਨ ਨੇ ਫਿਲਹਾਲ ਤਾਂ ਉਹ ਸਸਪੈਂਡ ਕੀਤੇ ਉਹਨੇ ਜਦੋਂ ਉਹ ਲਾਗੂ ਹੋਣੇ ਸ਼ੁਰੂ ਹੋਏ ਪੰਜਾਬ ਦੇ ਵਿੱਚ ਵੀ ਉਸੇ ਤਰੀਕੇ ਨਾਲ ਲਾਗੂ ਹੋਣਗੇ ਦਿੱਲੀ 'ਚ ਵੀ ਹੋਣਗੇ ਸਾਰੇ ਕਿਤੇ ਹੋਣਗੇ ਉਹਦੇ ਵਿੱਚ ਸੂਬਾ ਸਰਕਾਰ ਸਕੇ ਜਾਂ ਲਾਗੂ ਕਰੇ ਇਹ ਸਿਰਫ ਕਿਉਂਕਿ ਆਪ ਦੋਨੋਂ ਇਸ ਜਿਹੜੀ ਸਾਜ਼ਿਸ਼ ਹੈ ਦਾ ਹਿੱਸਾ ਰਹੇ ਨੇ ਕਿਸੇ ਨਾ ਕਿਸੇ ਤਰੀਕੇ ਸਾਨੂੰ ਜਿਹੜੇ ਅਸੀਂ ਇਸ ਮਸਲੇ ਚ ਬਿਲਕੁਲ ਹੀ ਨੀਕ پاک ਸਾਫ਼ ਹੈ ਸਾਡੇ ਤੇ ਕੋਈ ਨਾ ਕੋਈ ਦਾਗ ਲਾਉਣ ਵਾਸਤੇ ਲੋਕਾਂ ਨੂੰ ਗੁੰਮਰਾ ਕਰ ਰਹੇ ਨੇ ਅਕਾਲੀ ਅਕਾਲੀਆਂ ਦਾ ਇਸ ਵੇਲੇ ਬਸਪਾ ਦੇ ਨਾਲ ਅਲਾਈਅੰਸ ਹੋ ਚੁੱਕਿਆ ਹੈ ਉਹ ਕਹਿੰਦੇ ਨੇ ਕਿ ਸਾਡੀ ਮਜਬੂਤੀ ਬਹੁਤ ਹੋ ਗਈ ਸਰਕਾਰ ਅਸੀਂ ਬਣਾ ਲੈਣੀ ਆ ਫਿਰ ਮੈਨੂੰ ਲੱਗਦਾ ਆਮ ਆਦਮੀ ਪਾਰਟੀ ਨੂੰ ਤਾਂ ਫਿਰ 2027 ਦੀ ਫਿਰ ਦੇਖਣਾ ਚਾਹੀਦਾ ਜੇ ਉਹ ਸਰਕਾਰ ਉਹ ਬਣਾ ਲੈਣ ਕਿਤਾ ਦੇਖੋ ਦਾਅਵੇ ਤਾਂ ਸਾਰੀ ਕਰਦੇ ਹੁੰਦੇ ਨੇ ਕਿ ਅਸੀਂ ਸਰਕਾਰ ਬਣਾ ਲਵਾਂਗੇ ਬਟ ਤੁਸੀਂ ਖੁਦ ਦੇਖੋ ਕਿ ਬਹੁਜਨ ਸਮਾਜ ਪਾਰਟੀ ਜਿਹਦਾ ਪਿਛਲੀਆਂ ਚੋਣਾਂ ਦੇ ਵਿੱਚ 1.5% ਵੋਟ ਪਈ ਸੀ ਇਕੱਲੇਦ ਨੂੰ ਉਹਨਾਂ ਨੂੰ 20 ਸੀਟਾਂ ਛਡਣੀਆਂ ਪਈਆਂ ਹੁਣ ਪਤਾ ਪਤਾ ਚੱਲ ਤੁਸੀਂ ਸੋਚਿਆ ਉਹਨਾਂ ਨੂੰ ਆਪਣੇ ਨਾਂ ਲਾਣ ਦਾ ਬਸ ਪਾਣੂ ਨਹੀਂ ਜਿਵੇਂ ਸਾਡੀ ਪਾਰਟੀ ਦੀ ਲੀਡਰਸ਼ਿਪ ਬਾਰ-ਬਾਰ ਇਹ ਕੋ ਬਿਆਨ ਕਰ ਰਹੀ ਹੈ ਕਿ ਅਸੀਂ ਇਕੱਲੇ ਹੀ ਪੰਜਾਬ ਚ ਇਲੈਕਸ਼ਨ ਲੜਾਂਗੇ ਅਸੀਂ ਕਿਸੇ ਨਾਲ ਸਮਝੌਤਾ ਨਹੀਂ ਕਰਾਂਗੇ ਤਾਂ ਮਾਝੇ ਦੇ ਵਿੱਚ ਇਸ ਵੇਲੇ ਤੁਹਾਨੂੰ ਲੱਗਦਾ ਕਿ ਮਾਝੇ ਦੇ ਵਿੱਚ ਹੈਗਾ ਆਮ ਆਦਮੀ ਪਾਰਟੀ ਦਾ ਜਿਹੜਾ ਗੜ ਉਹ ਕਿਲਾ ਥੋੜਾ ਜਿਹਾ ਮਜ਼ਬੂਤ ਹੋਇਆਗਾ ਜਾਂ ਅਜੇ ਉਦਾਂ ਹੀ ਆ ਮਾਝੇ ਦੇ ਵਿੱਚ ਤਾਂ ਇਸ ਵਾਰ ਮਾਲਵੇ ਤੋਂ ਵੀ ਵੱਧ ਅੰਡਰਗ੍ਰਾਉਂਡ ਹੈ ਤੁਸੀਂ ਆਪਣੀਆਂ ਟੀਮਾਂ ਭੇਜ ਕੇ ਕਦੇ ਸਰਵੇ ਵੀ ਕਰਾ ਕੇ ਦੇਖਿਓ ਮਾਲਵੇ ਮਾਝੇ ਦੇ ਵਿੱਚ ਬਹੁਤ ਹੀ ਸਰਪ੍ਰਾਈਜ਼ਿੰਗ ਅੰਡਰਗ੍ਰਾਉਂਡ ਆਮ ਆਦਮੀ ਪਾਰਟੀ ਦੇ ਫੇਵਰ ਚ ਚੱਲ ਰਿਹਾ ਹੈ ਇਸ ਵਕਤ ਤਾ ਅਖੀਰ ਦੇ ਵਿੱਚ ਅਪੀਲ ਕੀ ਕਰਨਾ ਚਾਹੋਗੇ ਕੀ ਕਹਿਣਾ ਚਾਹੋਗੇ ਕਿਉਂਕਿ ਇਸ ਵੇਲੇ ਤੁਸੀਂ ਆਮ ਆਦਮੀ ਪਾਰਟੀ ਨੂੰ ਪਿੱਛੋ ਵੀ ਚਲਾਇਆ ਹੈਗਾ ਪਰਦੇ ਦੇ ਪਿੱਛੇ ਤੁਸੀਂ ਦੇਖਿਆ ਕਿ ਕਿੱਦਾਂ ਪਾਰਟੀ ਚੱਲੂਗੀ ਕਿੱਦਾਂ ਜੁਆਇਨਿੰਗ ਹੋਣਗੀ ਕਿਹੜੇ ਬੰਦੇ ਪਾਰਟੀ ਲਈ ਸਹੀ ਨੇ ਕਿਹੜੇ ਬੰਦੇ ਖਰਾਬ ਕਰਦੇ ਨੇ ਪਾਰਟੀ ਨੂੰ ਤੁਸੀਂ ਉਹ ਸਭ ਕੁਝ ਜਾਣਦੇ ਹੋ ਪਾਰਟੀ ਦੇ ਚੋਣ ਮੈਨੀਫੈਸਟੋ ਵੀ ਦੇਖਦੇ ਹੋ ਤਾਂ ਇਸ ਵੇਲੇ ਆਮ ਆਦਮੀ ਪਾਰਟੀ 2022 ਦੇ ਵਿੱਚ ਕਿੱਦਾਂ ਮੈਦਾਨ ਚੋਣ ਮੈਦਾਨ ਦੇ ਵਿੱਚ ਉਤਰਨੀ ਤਰੂਗੀ ਕੀ ਤਿਆਰੀਆਂ ਹੋਣਗੀਆਂ ਕੀ ਲੋਕਾਂ ਨੂੰ ਅਪੀਲ ਕਰਨੀ ਚਾਹੋਗੇ ਆ ਲੋਕਾਂ ਨੂੰ اپੀਲ ਤਾਂ ਇੱਕੀ ਕਰਨਾ ਚਾਹੂੰਗਾ ਕਿ ਇਸ ਵਾਰ ਵੋਟ ਤੁਸੀਂ ਨiyet ਦੇਖ ਕੇ ਪਾਇਓ ਵੋਟ ਵੱਡੇ ਨਾਮ ਵੱਡੇ ਚਿਹਰੇ ਉਹਨਾਂ ਨੂੰ ਦੇਖ ਕੇ ਨਾ ਪਾਇਓ ਤੁਸੀਂ ਇਹ ਦੇਖਿਓ ਕਿ ਜਿਹੜੇ ਲੋਕ ਤੁਹਾ ਤੋਂ ਵੋਟ ਮੰਗਣ ਆ ਰਹੇ ਉਹਨਾਂ ਦੀ ਨiyet ਕੀ ਹੈ ਸਾਡੀ ਪਾਰਟੀ ਦੇ ਕੇਂਦਰੀ ਕਨਵੀਨਰ ਨੇ ਨੈਸ਼ਨਲ ਕਨਵੀਨਰ ਨੇ ਅਰਵਿੰਦ ਕੇ ਜੀ왈 ਜੀ ਉਹ ਘਰ ਵਾਲਾ ਘਰ ਵਾਲੀ ਦੋਨੋਂ ਇਨਕਮ ਟੈਕਸ ਦੇ ਕਮਿਸ਼ਨਰ ਸੀਗੇ ਉਹ 2004 ਚ ਅਰਵਿੰਦ ਜੀ ਨੇ ਪਰਵਰਤਨ ਨਾਮ ਦੀ ਸੰਸਥਾ ਬਣਾ ਕੇ ਲੋਕਾਂ ਦੀ ਲੜਾਈ ਲੜਨੀ ਸ਼ੁਰੂ ਕੀਤੀ ਜਦੋਂ ਉਹਨੇ ਲੜਾਈ ਲੜਨੀ ਸ਼ੁਰੂ ਕੀਤੀ ਸੀ ਉਦੋਂ ਕਿਸ ਨੇ ਸੋਚਿਆ ਵੀ ਨਹੀਂ ਹੋਣਾ ਕਿ 9 ਸਾਲ ਬਾਅਦ ਇਹ ਆਦਮੀ ਦਿੱਲੀ ਦਾ ਮੁੱਖ ਮੰਤਰੀ ਬਣੂਗਾ ਉਹਨੇ 9 ਸਾਲ ਲੋਕਾਂ ਦੇ ਪਿੱਛੇ ਆਪਣੇ ਆਪਣਾ ਕਰੀਅਰ ਛੱਡ ਕੇ ਲੋਕਾਂ ਦੀ ਸੇਵਾ ਚ ਬਿਨਾ ਕਿਸੇ ਲਾਲਚ ਤੋਂ ਉਹਨੇ ਸੇਵਾ ਕੀਤੀ ਸਾਡੇ ਪੰਜਾਬ ਦੇ ਮੁਖੀ ਨੇ ਪੰਜਾਬ ਦੇ ਪ੍ਰਧਾਨ ਨੇ ਭਵੰਤਮਾਨ ਜੀ ਉਹ ਫਿਲਮਾਂ 'ਚ ਲੰਮਾ ਚੌੜਾ ਕੈਰੀਅਰ ਉਹਨਾਂ ਦਾ ਬਣ ਸਕਦਾ ਸੀ ਹਲੇ ਵੀ ਉਹਨਾਂ ਦੇ ਸਹਿਯੋਗੀ ਪੰਜਾਬੀ ਫਿਲਮ ਇੰਡਸਟਰੀ ਚ ਚਲਾਈ ਫਿਰਦੇ ਨੇ ਜੋ ਚਾਹਣ ਤਾਂ ਕਰੋੜਾਂ ਰੁਪਏ ਕਮਾ ਸਕਦੇ ਸੀ ਕਮਾ ਸਕਦੇ ਨੇ ਹੁਣ ਵੀ ਕਮਾ ਸਕਦੇ ਨੇ ਉਹ ਫੇਰ ਵੀ ਆਪਣੇ ਕੈਰੀਅਰ ਦਾ ਨੁਕਸਾਨ ਕਰਕੇ 2009 ਤੋਂ ਹੀ ਇਨਫੈਕਟ ਆਪਣੇ ਕੈਰੀਅਰ ਦੀ ਸ਼ੁਰੂਆਤ ਤੋਂ ਵੀ ਉਹਨਾਂ ਨੇ ਇਹੀ ਮੁੱਦੇ ਚੱਕਦੇ ਰਹੇ ਤੇ 2009 ਤੋਂ ਤਾਂ ਲੋਕਾਂ ਦੇ ਮੁੱਦਿਆਂ ਦੀ ਲੜਾਈ ਲੜ ਰਹੇ ਨੇ 2012 ਚ ਪਹਿਲੀ ਵਾਰ ਪੀਪੀਪੀ ਵੱਲੋਂ ਇਲੈਕਸ਼ਨ ਲੜੀ ਸੀ ਤਾਂ ਹਾਰ ਵੀ ਗਏ ਸੀ ਉਦੋਂ ਕਿਸੇ ਨੇ ਸੋਚਿਆ ਸੀ ਵੀ ਇਹ ਆਦਮੀ ਦੋ ਵਾਰ ਐਮਪੀ ਬਣ ਜਾਊਗਾ ਜਾਂ ਕਿਸੇ ਪਾਰਟੀ ਦਾ ਪੰਜਾਬ ਦਾ ਪ੍ਰ ਸਿਰਫ ਕਿਉਂਕਿ ਲੋਕਾਂ ਦਾ ਦਰਦ ਸੀ ਮੈਂ ਖੁਦ ਨਿੱਜੀ ਤੌਰ ਤੇ ਇੰਗਲੈਂਡ ਚ ਬਹੁਤ ਟਾਪ ਦੀ ਜੌਬ ਕਰਦਾ ਸੀ ਮੈਂ ਛੱਡ ਕੇ ਆ ਕੇ ਆਮ ਆਦਮੀ ਪਾਰਟੀ ਦੀ ਸੇਵਾ ਚ ਲੱਗਿਆ ਤਾਂ ਕਿ ਪੰਜਾਬ ਦਾ ਕੋਈ ਸੁਧਾਰ ਹੋ ਸਕੇ ਦਿਲ ਚ ਪੰਜਾਬ ਦੇ ਲੋਕਾਂ ਦਾ ਦਰਦ ਸੀ 7 ਸਾਲ ਬਾਅਦ ਹੁਣ ਜਾ ਕੇ ਮੰਚ ਤàng ਆਈਏ ਕਿ ਆਪਾਂ ਵੀ ਸ਼ਾਇਦ ਇਲੈਕਸ਼ਨ ਲੜਨ ਦੇ ਕਾਬਿਲ ਹੋਏ ਹਾਂ ਤਾਂ ਸਾਡੀ ਪਾਰਟੀ ਚ ਜਿੰਨੇ ਵੀ ਬੰਦੇ ਨੇ ਉਹਨਾਂ ਦੀ ਜਿਹੜੀ ਨੀਅਤ ਹੈ ਉਹ ਸਾਫ਼ ਹੈ ਉਹ ਸਿਆਸਤ ਦੇ ਵਿੱਚ ਇਸ ਕਰਕੇ ਆਏ ਨੇ ਕਿਉਂਕਿ ਉਹ ਲੋਕਾਂ ਲਈ ਕੁਝ ਕਰਨਾ ਚਾਹੁੰਦੇ ਨੇ ਪੰਜਾਬ ਲਈ ਕੁਝ ਕਰਨਾ ਚਾਹੁੰਦੇ ਨੇ ਸਾਡੀ ਪਾਰਟੀ ਦੇ ਵਿੱਚ ਉਹ ਲੋਕ ਨਹੀਂ ਆਏ ਜਿਹੜੇ ਕਾਂਗਰਸ ਖਾਲੀ ਦਲ ਦੇ ਵਿੱਚ ਨੇ ਜਿਨ੍ਹਾਂ ਦੇ ਫਾਦਰ ਵੀ ਐਮ ਐਲ ਏ ਸੀ ਦਾਦੇ ਵੀ ਐਮ ਐਲ ਏ ਸੀ ਉਹਨਾਂ ਦੇ ਉਹਨਾਂ ਦਾ ਖਾਨਦਾਨੀ ਪੇਸ਼ਾ ਸਿਆਸਤ ਹੈ ਸਾਡਾ ਪੇਸ਼ਾ ਨਹੀਂ ਹੈ ਅਸੀਂ ਲੋਕਾਂ ਦੇ ਦਰਦ ਨੂੰ ਆਏ ਹੋਏ ਹਾਂ ਤਾਂ ਇਸ ਵਾਰ ਪਛਾਣੋ ਕਿ ਕਿਹੜੇ ਲੋਕ ਲੋਕਾਂ ਦੇ ਦਰਦ ਨੂੰ ਆਏ ਹੋਏ ਨੇ ਤੇ ਕਿਹੜੇ ਆਪਣਾ ਖਾਨਦਾਨੀ ਪੇਸ਼ਾ ਬਣਾ ਕੇ ਸੈਸਦ ਵਿੱਚ ਆਏ ਨੇ ਜੀ ਇੱਕ ਮੈਨੂੰ ਸਵਾਲ ਯਾਦ ਆ ਗਿਆ ਕਿ ਕਿਸਾਨ ਅੰਦੋਲਨ ਦੇ ਵੱਲੋਂ ਹਰਮੀਤ ਸਿੰਘ ਕਾਦਿਆ ਦਾ ਬਿਆਨ ਆਇਆ ਕਿਸਾਨਾਂ ਅਗੂ ਦਾ ਕਿਸੇ ਵੀ ਪੋਲੀਟੀ ਕਿਸੂ ਇੱਕ ਦੇ ਸਾਲ ਮੋਰਚੇ ਦਾ ਫੈਸਲਾ ਆ ਤਾਂ ਲੱਗਦਾ ਕਿ ਜੇਕਰ ਇਹ ਫੈਸਲਾ ਇੰਪਲੀਮੈਂਟ ਹੋ ਜਾਂਦਾ ਜੇ ਪਿੰਡਾਂ ਦੇ ਵਿੱਚ ਵਿਰੋਧ ਕਰਦੇ ਨੇ ਸਾਰੀ ਸਿਆਸੀ ਪਾਰਟੀਆਂ ਦਾ ਤਾਂ ਤੁਸੀਂ ਕਿੱਦਾਂ ਦੇਖੋਗੇ ਸਰਵਾਈਵ ਕਿੱਦਾਂ ਕਰੋਗੇ ਫਿਰ ਅ ਦੇਖੋ ਪਹਿਲਾਂ ਤਾਂ ਮੇਰੀ ਨੌਲੇਜ ਨਹੀਂ ਹੈ ਕੋਈ ਇਹ ਜਿਹਾ ਬਿਆਨ ਆਇਆ ਤੇ ਜੇ ਬਿਆਨ ਆਇਆ ਵੀ ਹੁੰਦਾ ਤਾਂ ਮੇਰੇ ਸਾਹਮਣੇ ਨਾਲ ਰਾਜੀਵਾਲ ਸਾਹਿਬ ਦੇ ਰਾਹੀ ਜਾਂ ਫਿਰ ਜਿਹੜੇ ਡਾਕਟਰ ਸਾਹਿਬ ਕਨਵੀਨਰ ਨੇ 31 ਜਥੇ ਬੰਦੀ ਉਹਨਾਂ ਨੇ ਰਾਹੀ ਹੋਣਾ ਚਾਹੀਦੇ ਸੀ ਡਾਕਟਰ ਦਸ਼ਰਪਾਲ ਉਹਨਾਂ ਦੇ ਰਾਹੀ ਹੋਣਾ ਚਾਹੀਦਾ ਸੀ ਦੂਸਰਾ ਮੈਨੂੰ ਲੱਗਦਾ ਨਹੀਂ ਹੈ ਕਿ ਇਹ ਸਹੀ ਰਾਏ ਕਿਉਂਕਿ ਜਿਹੜੀ ਇਲੈਕਸ਼ਨ ਹੈ ਜਿਹੜੀ ਡੈਮੋਕ੍ਰੇਸੀ ਹੈ ਉਹ ਆਪਣੇ ਆਪ ਚ ਇੱਕ ਲੋਕਾਂ ਨੂੰ ਆਪਣਾ ਪੱਖ ਰੱਖਣ ਦਾ ਆਪਣੀ ਸੋਚ ਰੱਖਣ ਦਾ ਇੱਕ ਪਲੈਟਫਾਰਮ ਬਣਦਾ ਹੈ ਜੇ ਤੁਸੀਂ ਸਰਕਾਰਾਂ ਬਣਾਉਣ ਦੇ ਸਿਸਟਮ ਤੋਂ ਹੀ ਬਾਹਰ ਹੋ ਜੂਗੇ ਤਾਂ ਫਿਰ ਜਿਹੜੀਆਂ ਸਰਕਾਰਾਂ ਬਣਣੀਆਂ ਤੁਹਾਡੇ ਹੱਕ ਦੀਆਂ ਕਿਵੇਂ ਹੋਣਗੀਆਂ ਤਾਂ ਇਹ ਸੋਚ ਜੇ ਵੈਸੇ ਤਾਂ ਮੈਨੂੰ ਲੱਗਦਾ ਨਹੀਂ ਇਹ ਜੇ ਕੁਝ ਹੋਇਆ ਜੇ ਇਹ ਸੋਚ ਹੈ ਤਾਂ ਗਲਤ ਹੈ ਸਰ ਮਾਰਗਜੀ ਸਨ ਨਾਲ ਗੱਲਬਾਤ ਕੀਤੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਧੰਨਵਾਦ ਥੈਂਕ ਯੂ ਸੋ ਇਸੀ ਗੁਰਿੰਦਰ ਸਿੰਘ ਗੈਰੀਵਰਿੰਗ ਜਿਹਨਾਂ ਨਾਲ ਗੱਲਬਾਤ ਕੀਤੀ ਕੋਸ਼ਿਸ਼ ਇਹ ਹੁੰਦੀ ਹੈ ਕਿ ਆਪਣੇ ਪਲੇਟਫਾਰਮ ਤੋਂ ਹਰ ਇੱਕ ਪੋਲੀਟੀਕਲ ਪਾਰਟੀ ਨੂੰ ਤੁਹਾਡੇ ਰੂਬਰੂ ਕੀਤਾ ਜਾਵੇ ਉਹਨਾਂ ਦੀ ਕੀ ਤਿਆਰੀਆਂ ਨੇ ਕਿਵੇਂ ਦੇਖਦੇ ਨੇ ਪੰਜਾਬ ਦੀ ਬਿਹਤਰੀ ਦੇ ਲਈ ਉਹਨਾਂ ਦੇ ਕੋਲ ਕੀ ਰੋਡ ਮੈਪ ਹੈ ਇਹ ਲੈ ਕੇ ਤੁਹਾਡੇ ਤੱਕ ਜਾਈਏ ਇਹਦੇ ਬਾਰੇ ਗੱਲਬਾਤਾਂ ਕੀਤੀਆਂ ਤਾਂ ਅੱਜ ਆਮ ਆਦਮੀ ਪਾਰਟੀ ਤੋਂ ਗੈਰੀਵਰਿੰਗ ਸਾਡੇ ਨਾਲ ਸੀ ਗੱਲਬਾਤ ਕਿੱਦਾਂ ਲੱਗੀ ਆਪਣੀ ਫੀਡਬੈਕ ਸਾਡੇ ਤੱਕ ਜ਼ਰੂਰ ਪਹੁੰਚਾਓ ਫਿਲਹਾਲ ਕੈਮਰਾਮੈਨ ਦੀਪਕ ਦੇ ਨਾਲ ਮੈਂ ਅਨੰਦਪ੍ਰੀਤ ਨੂੰ ਦੋ ਇਜਾਜ਼ਤ ਦੇਖਦੇ ਰੋ ਪ੍ਰਾਈਮੇਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ ਸਤਿ ਸ਼੍ਰੀ ਅਕਾਲ